ਆ ਜਾ ਮਨਪ੍ਰੀਤ, ਮੇਰੀ ਗੱਲ ਸੁਣ। ਦੇਖ ਸਾਰੇ ਕਰਜ਼ੇ ਦਾ ਹੱਲ ਹੋਜੂ, ਸਾਰੇ ਪੈਸਿਆਂ ਦਾ ਹੱਲ ਹੋਜੂ। ਮੁੜ ਕੇ ਤੈਨੂੰ ਨਾ ਤਾਂ ਮੈਂ ਪੈਸੇ ਮੰਗਾ ਨਾ ਕੁਛ ਹੋਰ, ਬਸ 2 ਮਿੰਟਾਂ ਦੀ ਗੱਲ ਆ, ਠੀਕ ਹੈ ਨਾ? ਮੈਂ ਕਿਸੇ ਨੂੰ ਬੁਲਾਇਆ ਆਉਂਦੇ ਹੋਊਗਾ। ਪਰ ਇੱਥੇ ਕੀ ਹੱਲ ਹੋਊਗਾ ਸੰਗਤ? ਪਹਿਲਾਂ ਜਗ੍ਹਾ ਤਾਂ ਦੇਖ ਲਓ ਤੁਸੀਂ ਕਿਹੋ ਜਿਹੀ ਆ। ਘਰੇ ਚਲੋ ਤੁਸੀਂ, ਰਹੀ ਗੱਲ ਨਸ਼ੇ ਦੀ, ਛੱਡ ਦੋਗੇ ਤੁਸੀਂ ਯਾਰ ਨਸ਼ਾ, ਇੱਥੋਂ ਚਲੋ। ਗੱਲ ਤਾਂ ਸੁਣ ਲੈ ਮੇਰੀ, 2 ਮਿੰਟ ਰੁਕ ਜਾ ਨਾ, ਇੱਥੇ ਆਉਂਦੇ ਹੋਊਗਾ ਬਾਈ। ਉਹਨੂੰ ਮੈਂ ਕਿਹਾ ਗਾ, ਮੈਂ ਬਾਈ 10 ਕੁ ਮਿੰਟ ਤੱਕ ਮੈਂ ਲੈ ਆਉਣਾ, ਮਿਲ ਕੇ ਗੱਲ ਕਰਦੇ ਆ। ਬੇਨਤੀ ਆ ਯਾਰ, ਮੈਂ ਤੈਨੂੰ ਦੱਸਿਆ ਸੀ ਨਾ, ਜਿੰਨਾ ਤੱਕ ਮੇਰੇ ਕੋਲ ਪੈਸਾ ਨੀ ਨਾ ਆਉਂਦਾ, ਚਾਹੇ ਕੁਛ ਮਰਜ਼ੀ ਵੇਚ ਆਪਦਾ, ਮੈਂ ਮਾਲ ਨਹੀਂ ਦੇ ਸਕਦਾ। ਹੈਗਾ ਸਾਰਾ ਕੁਛ ਹੈਗਾ, ਤੂੰ ਕਰ ਮੇਰੀ ਤੀਵੀਂ ਰੱਖ ਲਾ, ਇਹਨੂੰ ਮਨਾ ਕੇ ਲਿਆ ਮੇਰੇ ਨਾਲ ਜਾਣ ਨੂੰ। ਹਾਂ ਬਾਈ। ਸੰਗਤ ਕੌਣ ਆ ਇਹ, ਕਿਹਨੂੰ ਲਿਜਾਣ ਦੀਆਂ ਗੱਲਾਂ ਕਰਦੇ ਆ? ਦੇਖ ਮਨਪ੍ਰੀਤ, 2 ਕੁ ਦਿਨ ਤੂੰ ਬਾਈ ਨਾਲ ਵਗ ਜਾ, ਠੀਕ ਆ? ਮੇਰੇ ਸਮਾਨ ਦਾ ਹੱਲ ਹੋ ਜਾਊਗਾ, ਬੇਨਤੀ ਆ ਬਸ, ਠੀਕ ਹੈ ਨਾ? ਕਰ ਸੰਗਤ, ਮਾਲ ਤਾਂ ਸਮਝ ਤੇਰੇ ਘਰੇ ਪਹੁੰਚ ਗਿਆ, ਚੱਲ ਵੀ ਬੈਠ। ਸੰਗਤ ਤੈਨੂੰ ਸ਼ਰਮ ਨਹੀਂ ਆਉਂਦੀ ਕੀ? ਮਨਪ੍ਰੀਤ ਪਲੀਜ਼ ਗੱਲ ਤਾਂ ਸੁਣ, ਜਾ ਤੂੰ ਨਾਲ ਜਾ ਯਾਰ, ਮੇਰੇ ਨਾਲ ਬੈਠ ਤੂੰ, ਜਾ ਨਾਲ ਗੱਲ ਹੋ ਗਈ। ਛੱਡੋ ਮੈਨੂੰ, ਜਾ ਓਏ ਪੱਕੀ ਵਾ, ਕਰ ਜਾ, ਰੁਕ ਜਾ ਮਨਪ੍ਰੀਤ, ਮਨਪ੍ਰੀਤ ਰੁਕ ਜਾ, ਤੇਰੀ ਮੈਂ ਕਹਿ ਤਾ ਕੋਰੀ ਕਰ ਜਾ ਮਨਪ੍ਰੀਤ, ਗੱਲ ਤਾਂ ਸੁਣ ਲਾ ਮਨਪ੍ਰੀਤ, ਮਨਪ੍ਰੀਤ ਦੇਖ ਮੇਰੀ ਗੱਲ, ਦੇਖ ਮੇਰੀ ਗੱਲ, 2 ਦਿਨ ਦੀ ਗੱਲ ਆ, ਮੇਰੀ ਗੱਲ ਤਾਂ ਸੁਣ, 2 ਮਿੰਟਾਂ ਦੀ ਗੱਲ ਆ। ਮੈਡਮ ਕੀ ਹੋਇਆ ਤੁਹਾਨੂੰ, ਕੌਣ ਸੀ ਮਿਲੇ? ਮੈਡਮ 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 ਕੀ ਹੋਇਆ ਤੁਹਾਨੂੰ? ਕੌਣ ਹੋ ਸਕਦਾ ਯਾਰ ਇਹ, ਜਿਹੜੇ ਇਹਨਾਂ ਨੂੰ ਐਵੇਂ ਫੜੀ ਜਾਂਦੇ ਸੀ। ਚੱਲ ਕੋਈ ਗੱਲ ਨਹੀਂ, ਕਿਰਨ ਇਹਨਾਂ ਨੂੰ ਥਾਣੇ ਲੈ ਕੇ ਚੱਲਦਾ, ਬਾਕੀ ਗੱਲ ਉੱਥੇ ਜਾ ਕੇ ਪੁੱਛਾਂਗੇ। ਹੈਲੋ, ਹਾਂਜੀ ਮੈਡਮ, ਤੁਸੀਂ ਨਾ ਪਲੀਜ਼ ਜਲਦੀ ਆ ਜਾਓ, ਕੁੜੀ ਨੂੰ ਮੈਂ ਥਾਣੇ 'ਚ ਲੈ ਆਇਆ ਸੀ। ਹਾਂਜੀ ਹਾਂਜੀ ਮੈਮ, ਨਹੀਂ ਉਹਦੀ ਤੁਸੀਂ ਫਿਕਰ ਨਾ ਕਰੋ, ਸਾਰਾ ਕੁਛ ਮੇਰੀ ਨਿਗਰਾਨੀ ਹੇਠ ਹੀ ਆ। ਹਾਂਜੀ ਹਾਂਜੀ ਮੈਮ, ਠੀਕ ਆ, ਥੈਂਕ ਯੂ। ਹਾਂਜੀ ਹੈਪੀ, ਇਹਨੇ? ਹਾਂਜੀ ਮੈਮ। ਕਿਵੇਂ ਮਿਲੇ ਤੁਹਾਨੂੰ, ਕਿੱਥੇ? ਹਾਂਜੀ ਮੈਮ, ਉਹ ਤਾਂ ਮੈਂ ਥਾਣੇ ਆ ਰਿਹਾ ਸੀ, ਰਸਤੇ ਵਿੱਚ ਦੇਖਿਆ ਤੇ ਮਗਰ 2 ਮੁੰਡੇ ਪਏ ਹੋਏ ਸੀ, ਫਿਰ ਇਹ ਬੇਹੋਸ਼ ਹੋ ਗਈ, ਇਹਨੇ ਦੱਸਿਆ ਵੀ ਨਹੀਂ ਕੁਛ, ਤਾਂ ਕਰਕੇ ਮੈਨੂੰ ਥਾਣੇ ਲੈ ਆਇਆ ਸੀ ਫਿਰ। ਤੇ ਉਹ ਮੁੰਡੇ ਕੌਣ ਸੀ, ਕੁਛ ਪਤਾ ਨਹੀਂ ਲੱਗਿਆ? ਹਾਂਜੀ ਮੈਮ, ਜਦੋਂ ਮੈਂ ਇਹਨੂੰ ਪੁੱਛਣ ਲੱਗਿਆ ਬੇਹੋਸ਼ ਹੋ ਗਈ, ਤੇ ਉਹ ਤੱਕ ਮੁੰਡੇ ਭੱਜ ਗਏ ਸੀਗੇ। ਮਨਪ੍ਰੀਤ, ਮਨਪ੍ਰੀਤ ਮੈਮ, ਤੁਸੀਂ ਜਾਣਦੇ ਹੋ ਇਹਨੂੰ? ਹਾਂ, ਇਹਨੇ ਬਚਪਨ ਦੀ ਸਹੇਲੀ ਹੈ, ਮੈਂ ਤੁਹਾਨੂੰ ਦੱਸਦੀ ਹਾਂ ਸਾਰਾ। ਤੁਸੀਂ ਰੋਜ਼ ਮੇਰੀ ਚਾਬੀ ਕਿੱਥੇ ਰੱਖ ਦਿੰਦੇ ਹੋ ਸਕੂਟਰੀ ਦੀ? ਓਏ ਪੁੱਤ, ਸਕੂਟਰੀ ਦੀ ਚਾਬੀ ਉਹ ਢੋਲਕਣੀ ਪਈ ਆ। ਢੋਲਕਣੀ ਕਿਉਂ ਰੱਖਦੇ ਹੁੰਦੇ ਜੇ ਤੁਹਾਨੂੰ ਪਤਾ ਵੀ ਮੈਂ ਅੰਦਰੋਂ ਚੱਕਣੀ ਹੁੰਦੀ ਆ, ਫ੍ਰਿਜ ਕੋਲੇ ਰੱਖਦੇ ਕਰੋ ਨਾ। ਉਹ ਪਈ ਸੀ ਪੁੱਤ, ਮੈਂ ਚੱਕ ਕੇ ਤਾਂ ਉੱਥੇ ਸਾਂਭ ਕੇ ਰੱਖ ਦਿੱਤੀ ਖਤਾਂ ਤੇ। ਮੈਂ ਕਦੋਂ ਦੀ ਲੱਭੀ ਜਾਂਦੀ ਅੰਦਰ। ਨਾਲੇ ਗੱਲ ਸੁਣੋ, ਉੱਥੇ ਪਈ ਚੱਕ ਲਈ, ਪੁੱਤ ਧਿਆਨ ਨਾਲ ਜਾਇਆ ਕਰ,
ਐ ਮੈਨੂੰ ਸੁਣਿਆ ਕਈਆਂ ਤੋਂ ਵੀ ਤੂੰ ਸਕੂਟਰੀ ਨਹੀਂ ਤੇਜ਼ ਚਲਾਉਣੀ ਆ, 60 ਮਿੰਟ ਖਾ ਬੈਠੇਗੀ। ਡੈਡੀ ਜੀ ਮੈਨੂੰ ਇਹ ਗੱਲ ਦੱਸੋ ਵੀ ਮੈਂ ਬੱਸ ਤੇ ਜਾਣਾ ਹੁੰਦਾ ਜਿਹੜੀ ਮੈਂ ਕਿਸੇ ਦੀ ਵੇਟ ਕਰਨੀ ਆ ਜਾਂ ਹੌਲੀ ਸਕੂਟਰੀ ਚਲਾਉ, ਮੇਰੀ ਚੀਜ਼, ਮੈਂ ਜਿਵੇਂ ਮਰਜ਼ੀ ਚਲਾਵਾਂ। ਪੁੱਤ ਚੀਜ਼ ਤਾਂ ਤੇਰੀ ਆ, ਪਰ ਜੇ ਧਿਆਨ ਨਾਲ ਚਲਾਏਂਗੀ ਚੰਗੀ ਗੱਲ, 60 ਮਿੰਟ ਤੋਂ ਵੱਜ ਜਾਏਗੀ। ਡੈਡੀ ਐਵੇਂ ਟੈਨਸ਼ਨ ਨਾ ਲਿਆ ਕਰੋ, ਮੇਰਾ ਪੂਰਾ ਪੂਰਾ ਧਿਆਨ ਹੁੰਦਾ, ਸਾਹਮਣੇ ਦੇਖ ਕੇ ਚਲਾਉਣੀ ਹੁੰਦੀ ਆ ਨਾ। ਉਹ ਦੇਖ ਕੇ ਤਾਂ ਚਲਾਉਂਦੀ ਆ, ਕੰਮ ਤੇਰੀ ਸਹੇਲੀ ਦੇਖ ਲਾ, ਉਹ ਤੇਰਾ ਉਹ ਬੇਚਾਰੀ ਸਾਈਕਲ 'ਤੇ ਜਾਂਦੀ ਹੈ, ਜੇ ਤੂੰ ਵੀ ਸਾਈਕਲ ਚਲੇ ਆਰਾਮਦਾਰੀ ਹੈ ਨਾਲੇ। ਉਹ ਡੈਡੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਉਹਨਾਂ ਦੀ ਤਾਂ ਵਿਚਾਰਿਆਂ ਦਾ ਸਟੈਂਡਰਡ ਦੇਖੋ, ਆਪਣੇ ਤੋਂ ਕਿੰਨਾ ਲੋ ਆ, ਸਕੂਟਰੀ ਖਰੀਦ ਨਹੀਂ ਸਕਦੇ ਉਹ, ਨਹੀਂ ਤਾਂ ਉਹਦਾ ਕਿਹੜਾ ਜੀ ਨਹੀਂ ਕਰਦਾ ਹੋਣਾ ਵੀ ਮੈਂ ਵੀ ਸਕੂਟਰੀ 'ਤੇ ਜਾਵਾਂ। ਚੱਲ ਠੀਕ ਆ, ਹੁਣ ਧਿਆਨ ਨਾਲ ਜਾਏਗੀ, ਠੀਕ ਆ, ਕਿਤੇ 60 ਮਿੰਟ ਖਾ ਬੈਠੀ। ਨਾਲੇ ਮੈਂ ਤੁਹਾਡੀ ਇਕੱਲੀ ਕਹਿਰੀ ਧੀ ਆ, ਕਿਉਂ ਤੁਸੀਂ ਐਂ ਕਰਦੇ ਹੁੰਦੇ ਆ ਕੰਜੂਸੀਆਂ ਜੀਆਂ? ਮੈਂ ਕੰਜੂਸੀ ਨਹੀਂ ਕਰਦਾ ਪੁੱਤ, ਮੈਂ ਤਾਂ ਤੁਹਾਨੂੰ ਸਮਝਾਉਂਦਾ, ਉਹੀ ਲੋਕੀ ਗੱਲਾਂ ਬਣਾਉਂਦੇ ਨੇ ਫਿਰ ਵੀ ਉਦਾਂ ਉਹਦੀ ਕੁੜੀ ਐਡੀ ਤੇਜ਼ ਚਲਾਉਂਦੀ ਫਿਰਦੀ ਆ ਸਕੂਟਰੀ। ਅਤੇ ਲੋਕਾਂ ਦਾ ਕੰਮ ਕੀ ਹੁੰਦਾ, ਗੱਲਾਂ ਕਰਨਾ ਹੀ ਹੁੰਦਾ ਨਾ, ਕਰੀ ਜਾਣ ਦਿਓ, ਮੈਂ ਨਹੀਂ ਕਿਸੇ ਦੀ ਪਰਵਾਹ ਕਰਦੀ। ਚੰਗਾ, ਧਿਆਨ ਨਾਲ ਜਾਈ। ਠੀਕ ਆ, ਬਾਏ 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 ਪੁੱਤ। ਹਾਂ ਮਨਪ੍ਰੀਤ, ਆ ਗਈ? ਕਿਵੇਂ ਆ? ਠੀਕ ਹੈ, ਤੂੰ ਦੱਸ ਕਿਵੇਂ ਆ? ਵਧੀਆ। ਹੋਰ ਕੀ ਯਾਰ, ਤੂੰ ਸਾਈਕਲ ਤੇ ਕਿਉਂ ਜਾਂਦੀ ਆ ਰੋਜ਼? ਤੇਰੇ ਪੈਰ ਨਹੀਂ ਦਰਦ ਕਰਦੇ? ਤੈਨੂੰ ਪਤਾ ਹੈ ਨਾ ਵੀ ਮੈਂ ਭਰਤੀ ਕਰਨੀ ਹੈ ਤੇ ਸਾਈਕਲ ਤਾਂ ਵਧੀਆ ਰਹਿੰਦਾ, ਨਾਲੇ ਹੈਲਥ ਵਧੀਆ ਰਹਿੰਦੀ ਹੈ। ਓ ਜਾ ਜੱਸੀ, ਇਹ ਤਾਂ ਸਿਰਫ ਨਾ ਬਹਾਨੇ ਆ, ਗੱਲਾਂ ਬਣਾਉਣੀਆਂ, ਇਹ ਤਾਂ ਬਸ ਨਾ ਹੈਲਥ ਨੂੰ। ਹੁਣ ਮੈਂ ਕਿਹੜਾ ਬਿਮਾਰ ਰਹਿੰਦੀ ਆ, ਜੇ ਮੈਂ ਸਕੂਟਰੀ ਚਲਾਉਣੀ ਆ ਤਾਂ ਮਤਲਬ ਮੇਰੀ ਹੈਲਥ ਸਹੀ ਨਹੀਂ ਹੈਗੀ। ਗੱਲ ਤਾਂ ਇੰਨੀ ਆ ਵੀ ਤੂੰ ਸਕੂਟਰ ਖਰੀਦ ਨਹੀਂ ਸਕਦੀ, ਹੈ ਨਾ? ਉਹ ਗੱਲ ਨਹੀਂ ਹੈ ਮਨਪ੍ਰੀਤ, ਨਾਲੇ ਬੱਚਤ ਰਹਿੰਦੀ ਹੈ, ਪੈਟਰੋਲ 'ਤੇ ਕਿਉਂ ਇੰਨੇ ਪੈਸੇ ਫੂਕਣੇ? ਸਾਈਕਲ ਵਧੀਆ ਹੈ, ਸਿਹਤ ਵੀ ਵਧੀਆ ਰਹਿੰਦੀ ਹੈ, ਨਾਲੇ ਵਧੀਆ ਪੈਸੇ ਬਚੇ ਰਹਿੰਦੇ ਹੈ। ਹਾਂ ਲੈ, ਹੁਣ ਆਈ ਹੈ ਨਾ ਤੂੰ ਅਸਲੀ ਗੱਲ 'ਤੇ ਵੀ ਪੈਸਿਆਂ ਦੀ ਬੱਚਤ, ਪਰ ਪੈਸਿਆਂ ਦੀ ਬੱਚਤ ਵੀ ਉਹੀ ਕਰਦਾ ਹੁੰਦਾ ਕਮਲੀਏ ਜਿਹਦੇ ਕੋਲ ਖੁੱਲ੍ਹੇ ਡੁੱਲੇ ਪੈਸੇ ਹੋਣ, ਤੁਹਾਡੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ। ਚੱਲ ਮਨਪ੍ਰੀਤ, ਕੱਲ੍ਹ ਨੂੰ ਆਪਾਂ ਇਹ ਗੱਲਾਂ ਕਰ ਰਹੇ ਹਾਂ, ਆਪਾਂ ਚੱਲਦੇ ਹਾਂ ਨਾ, ਕਾਲਜ ਚੱਲਦੇ ਹਾਂ, ਪੜ੍ਹਦੇ ਹਾਂ। ਚੱਲ ਆ ਜੀ ਫਿਰ, ਤੂੰ ਤਾਂ ਹਨਾ ਡਿੱਚਕ ਡਿੱਚਕ ਕਰਦੀ, ਹੌਲੀ ਹੌਲੀ ਆਏਗੀ, ਮੈਂ ਤਾਂ ਇੱਥੋਂ ਪਹਿਲਾਂ ਹੀ ਪਹੁੰਚ ਜੂੰਗੀ, ਉੱਥੇ ਮਿਲਦੇ ਹਾਂ। ਚੰਗਾ ਬਾਏ। ਪਤਾ ਨਹੀਂ ਯਾਰ, ਜੇ ਤੇਰੇ ਕੋਲ ਜ਼ਿਆਦਾ ਪੈਸੇ ਹੈ ਇਸਦਾ ਮਤਲਬ ਇਹ ਨਹੀਂ ਤੂੰ ਕਿਸੇ ਗਰੀਬ ਦਾ ਮਜ਼ਾਕ ਉਡਾਵੇ। ਲੈਕਚਰ ਫ੍ਰੀ ਹੈ, ਫਿਰ ਆਪਾਂ ਕੰਟੀਨ 'ਚ ਜਾਣਾ ਪੀਣਾ ਕੁਛ? ਕੰਟੀਨ 'ਚ ਤਾਂ ਰੋਜ਼ ਹੀ ਜਾਂਦੇ ਹਾਂ ਆਪਾਂ, ਬਾਹਰ ਜਾ ਕੇ ਆਉਂਦੇ ਹਾਂ ਅੱਜ, ਗੇੜੇ ਗੁੜੇ ਮਾਰ ਕੇ ਆਉਂਦੇ ਹਾਂ। ਚੱਲ ਠੀਕ ਹੈ, ਚੰਗਾ। ਹਾਏ, ਉਹ ਮੇਰੇ ਸਕੂਟਰੀ 'ਤੇ ਬੈਠੀ ਆ, ਇਹਨੂੰ ਤਾਂ ਮੈਂ ਦੱਸਦੀ ਹਾਂ ਪਤਾ, ਆ ਜਾ। ਓ ਹੈਲੋ ਮੈਡਮ, ਤੁਸੀਂ ਕਿਵੇਂ ਸਕੂਟਰੀ 'ਤੇ ਬੈਠੇ ਪੜ੍ਹੀ ਜਾਂਦੇ ਹੋ? ਉਹ ਯਾਰ, ਇੱਥੇ ਸ਼ਾਂਤ ਮਾਹੌਲ ਸੀ ਅਤੇ ਮੈਂ ਸੋਚਿਆ ਇੱਕ ਲੈਕਚਰ ਤਿਆਰ ਕਰ ਲਾਂ ਆਪਣਾ। ਕਈ ਲੋਕਾਂ ਨੂੰ ਨਹਾਣਾ ਸੰਗਤ ਇਹ ਪਤਾ ਹੀ ਨਹੀਂਗਾ ਵੀ ਜੇ ਟੀਚਰ ਨਹੀਂ ਆਏ, ਲੈਕਚਰ ਨਹੀਂ ਲੱਗਿਆ ਤਾਂ ਉਸ ਟਾਈਮ ਨੂੰ ਇੰਜੋਏ ਕਿਵੇਂ ਕਰਨਾ, ਪਤਾ ਨਹੀਂ ਕਿਉਂ ਕਿਤਾਬੀ ਕੀੜਾ ਹੀ ਬਣੇ ਰਹਿੰਦੇ ਆ ਬਸ। ਇਹਨਾਂ ਨੂੰ ਕਾਲਜ ਲਾਈਫ ਦਾ ਪਤਾ ਹੋਊ ਤਾਂ ਇਹ ਇੰਜੋਏ ਕਰਨ। ਯਾਰ ਮਨਪ੍ਰੀਤ, ਮੈਂ ਤੈਨੂੰ ਕੁਛ ਕਹਿੰਦੀ ਹਾਂ, ਤੂੰ ਹਰ ਵਾਰੀ ਮੈਨੂੰ ਸੁਣਾਉਂਦੀ ਰਹਿੰਦੀ ਹੈ, ਤੂੰ ਸਵੇਰੇ ਵੀ ਕਿੰਨਾ ਬੋਲ ਕੇ ਹਟੀ ਹੈ, ਘੱਟੋ ਘੱਟ ਕਿਸੇ ਦੇ ਸਾਹਮਣੇ ਤਾਂ ਨਾ ਇੱਦਾਂ ਬੋਲ। ਕੀ ਕਿਸੇ ਦੇ ਸਾਹਮਣੇ, ਕਿਸੇ ਨੂੰ ਕਿਹੜਾ ਪਤਾ ਨਹੀਂ ਲੱਗਦਾ, ਉਹ ਟੁੱਟਿਆ ਸਾਈਕਲ ਲੈ ਕੇ ਤੂੰ ਕਾਲਜ ਆਉਂਦੀ ਹੈ, ਕੋਈ ਤੈਨੂੰ ਦੇਖਦਾ ਨਹੀਂ ਤੇਰੇ ਭਾਣੇ? ਯਾਰ ਇਹਨਾਂ ਨੂੰ ਕਾਲਜ ਲਾਈਫ ਜਿਉਣੀ ਨਹੀਂ ਆਉਂਦੀ, ਬਸ ਇਹਨਾਂ ਨੂੰ ਤਾਂ ਆਹ ਕਿਤਾਬਾਂ ਤੋਂ ਵਿਹਲ ਮਿਲੂ। ਤੇਰੀ ਕੁਛ ਕਰ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੜ੍ਹ ਕੇ ਕਿਤਾਬਾਂ 'ਚੋਂ ਇਹ ਕੱਢਣਗੇ ਕੀ। ਮੈਂ ਦੱਸ ਦਿੰਦਾ, ਕੱਢਣਾ ਕੁੱਟਣਾ ਕੁਛ ਨਹੀਂ ਹੁੰਦਾ, ਵੱਧ ਤੋਂ ਵੱਧ ਇਹਨਾਂ ਨੂੰ ਇੱਕ ਡਿਗਰੀ ਮਿਲਦੀ ਹੁੰਦੀ ਆ, ਜਾਂ ਫਸਟ ਡਿਵੀਜ਼ਨ ਜਾਂ ਸੈਕਿੰਡ ਡਿਵੀਜ਼ਨ, ਉਹ ਵੀ ਡਿਗਰੀ ਜਿਹੜੀ ਮਿਲਦੀ ਹੁੰਦੀ ਆ ਉਦੋਂ ਖੁਰਲੀਆਂ 'ਚ ਰੁਲਦੀ ਆ,
ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਦੇਖ ਮਨਪ੍ਰੀਤ, ਮੈਂ ਤੈਨੂੰ ਆਪਣੀ ਭੈਣਾਂ ਵਾਂਗ ਸਮਝਦੀ ਹਾਂ, ਇਸ ਕਰਕੇ ਤੇਰੇ ਭੱਲੇ ਲਈ ਕਹਿ ਰਹੀ ਹਾਂ। ਤੂੰ ਵੀ ਪੜ੍ਹ ਲੈ, ਤੇਰਾ ਫਿਊਚਰ ਸੁਧਰ ਜੂਗਾ। ਹਾਏ ਹਾਏ, ਮੇਰੇ ਫਿਊਚਰ ਦੀ ਤੁਸੀਂ ਟੈਨਸ਼ਨ ਕਿਉਂ ਚੱਕੀ ਆ? ਤੁਸੀਂ ਪੜ੍ਹੋ ਆਪਦਾ, ਹੈ ਚਲੋ। ਫਿਊਚਰ ਤਾਂ ਉਹਨਾਂ ਦਾ ਬਣਾਉਣਾ ਹੁੰਦਾ ਜਿਹੜੇ ਗਰੀਬ ਹੁੰਦੇ ਨੇ। ਇਹਦੇ ਕੋਲ ਤਾਂ ਬਹੁਤ ਪੈਸਾ ਹੈਗਾ, ਤੂੰ ਫਿਕਰ ਨਾ ਕਰ ਇਹਦੀ, ਤੂੰ ਆਪਦੀ ਫਿਕਰ ਕਰ। ਮੈਨੂੰ ਤਾਂ ਵੈਸੇ ਤੁਹਾਡੀ ਫਿਕਰ ਰਹਿੰਦੀ ਆ ਵੀ ਇੰਨਾ ਤੁਸੀਂ ਪੜ੍ਹਦੇ ਹੋ, ਅੱਗੇ ਪਤਾ ਨਹੀਂ ਤੁਹਾਡਾ ਕੁਝ ਬਣਨਾ ਹੈ ਕਿ ਨਹੀਂ ਬਣਨਾ। ਚਲੋ ਸੈਡ ਹੋਵੋ ਤੁਸੀਂ, ਅਸੀਂ ਤਾਂ ਬਾਹਰ ਚੱਲੇ ਸੀ ਘੁੰਮਣ। ਜੇ ਚੀਜ਼ ਲੈਣੀ ਹੁੰਦੀ ਨਾ ਤਾਂ ਆਪਦੀ ਲੈ ਲਿਆ ਕਰੋ, ਕਿਸੇ ਦੀ ਚੀਜ਼ ਨਾ ਖਰਾਬ ਕਰਿਆ ਕਰੋ, ਸਮਝ ਗਈ? ਮਨਪ੍ਰੀਤ, ਤੂੰ ਸੱਚੀ ਅੱਜ ਹੱਦ ਹੀ ਕਰਤੀ ਹੈ। ਜੇ ਤੂੰ ਸੁਧਰੀ ਨਾ ਨਾ, ਤੇਰੇ ਡੈਡੀ ਨੂੰ ਸ਼ਿਕਾਇਤ ਲਾ ਦੇਣੀ ਮੈਂ, ਦੇਖ ਲਈ ਫਿਰ ਨਾ ਕਹੀ ਮੈਨੂੰ। ਚੱਲ ਚੰਗਾ, ਨਹੀਂ ਕਹਿੰਦੇ ਅੱਗੇ ਤੈਨੂੰ ਕੁਛ, ਜਾ ਚੱਲ ਜਾ। ਮਨਪ੍ਰੀਤ, ਡੈਡੀ ਨੂੰ ਸ਼ਿਕਾਇਤ ਲਾ ਦੇਣੀ? ਤੂੰ ਮੈਨੂੰ ਬੜਾ ਕੁਛ ਨਾ ਬੋਲਿਆ, ਐਵੇਂ ਜੇ ਕਿਤੇ ਤੇਰੇ ਡੈਡੀ ਨੂੰ ਦੱਸਤਾ ਫਿਰ ਵਾਧਾ ਵੱਧ ਜੂਗਾ। ਤੈਨੂੰ ਲੱਗਦਾ ਵੀ ਇਹ ਸਾਡੇ ਘਰੇ ਜਾ ਕੇ ਮੇਰੇ ਡੈਡੀ ਨੂੰ ਕੁਛ ਦੱਸੂਗੀ? ਬੜੀ ਛੇਤੀ ਡਰ ਜਾਂਦੇ ਆ ਤੁਸੀਂ। ਡਰਨ ਵਾਲੀ ਗੱਲ ਨਹੀਂ, ਆਪਾਂ ਵੀ ਵੈਸੇ ਕਦੇ ਵੈਸੇ ਟੈਨਸ਼ਨ ਲਈ ਇਹਦੀ, ਆਪਾਂ ਚੱਲਦੇ। ਡੈਡੀ ਮੈਨੂੰ ਕੁਛ ਨਹੀਂ ਕਹਿੰਦੇ। ਆਪਾਂ ਇਕੱਠੇ ਪੜ੍ਹੇ ਹਾਂ, ਫਿਰ ਵੀ ਮਨਪ੍ਰੀਤ ਕਿੰਨਾ ਮੇਰੇ ਨਾਲ ਕਰਦੀ ਹੈ ਗਲਤ। ਮੈਂ ਸੱਚੀ ਤੇ ਡੈਡੀ ਨੂੰ ਅੱਜ ਜਾ ਕੇ ਸਾਰਾ ਕੁਛ ਦੱਸੂੰਗੀ। ਮੈਨੂੰ ਤਾਂ ਇੰਨੀ ਵੀ ਅਕਲ ਨਹੀਂ ਚਾਰ ਲੋਕਾਂ 'ਚ ਕਿਵੇਂ ਬੋਲਣਾ। ਡੈਡੀ ਸਮਝਾਉਣਗੇ ਇਹਨੂੰ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਜੱਸੀ ਪੁੱਤ ਕਿੱਦਾਂ, ਠੀਕ ਠਾਕ? ਹਾਂਜੀ ਠੀਕ ਹੈ, ਤੁਸੀਂ ਦੱਸੋ ਕਿਵੇਂ ਹੋ? ਹਾਂ ਵਧੀਆ। ਮਨਪ੍ਰੀਤ ਵੀ ਆਈ? ਬਸ ਮੈਂ ਤੁਹਾਡੇ ਨਾਲ ਇਸੇ ਬਾਰੇ ਗੱਲ ਕਰਨ ਆਈ ਸੀ। ਮਨਪ੍ਰੀਤ ਲੇਟ ਹੀ ਆਊਗੀ, ਉਹ ਆਪਣੇ ਦੋਸਤਾਂ ਨੂੰ ਮਿਲਦੀ ਹੈ ਨਾ ਲੈਕਚਰ ਤੋਂ ਬਾਅਦ। ਮੈਂ ਤੁਹਾਨੂੰ ਨਾ ਆਪਣੇ ਡੈਡੀ ਬਰਾਬਰ ਸਮਝਦੀ ਹਾਂ, ਮੈਂ ਤਾਂ ਤੁਹਾਨੂੰ ਦੱਸਣ ਆਈ ਹਾਂ ਕਿ ਤੁਸੀਂ ਥੋੜ੍ਹਾ ਮਨਪ੍ਰੀਤ ਨੂੰ ਸਮਝਾ ਕੇ ਰੱਖੋ। ਹੋਇਆ ਕੀ ਪੁੱਤ, ਮੈਨੂੰ ਦੱਸਤਾ ਸੀ? ਇੱਕ ਤਾਂ ਵੈਸੇ ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੀ ਹੈ। ਅੱਜ ਤੁਹਾਨੂੰ ਪਤਾ ਕੀ ਹੋਇਆ, ਇੱਕ ਮੁੰਡੇ ਦੇ ਨਾਲ ਜਾਈ ਜਾਂਦੀ ਸੀ, ਮੈਂ ਉਹਨੂੰ ਕੁਛ ਕਹਿੰਦੀ ਵੀ ਨਹੀਂ, ਮੈਂ ਚੁੱਪ ਚਾਪ ਪੜ੍ਹ ਰਹੀ ਸੀ ਅਤੇ ਉਹਨੇ ਮੈਨੂੰ ਆ ਕੇ ਇੰਨਾ ਕੁਛ ਬੋਲਿਆ ਨਾ, ਉਹ ਵੀ ਉਸ ਮੁੰਡੇ ਦੇ ਸਾਹਮਣੇ ਜਿਹਨੂੰ ਮੈਂ ਜਾਣਦੀ ਵੀ ਨਹੀਂ। ਕੀ ਸੋਚਣਗੇ ਉਹ ਮੇਰੇ ਬਾਰੇ? ਮੈਂ ਸਮਝਦੀ ਹਾਂ ਮੈਂ ਗਰੀਬ ਹੈ, ਮੇਰੀ ਮਜਬੂਰੀ ਹੈ, ਪਰ ਮੈਨੂੰ ਵੀ ਫੀਲ ਹੁੰਦਾ, ਸਮਝ ਰਹੇ ਹੋ ਨਾ ਤੁਸੀਂ? ਮੈਂ ਸਮਝਦਾ ਪੁੱਤ, ਤੂੰ ਇੰਨਾ ਮਨ ਤੇ ਨਾ ਲਾ ਕੋਈ ਨਾ ਪੁੱਤ, ਮੈਂ ਸੋਰੀ ਫੀਲ ਕਰ ਲਾ ਉਹਦੇ ਵੇਲੇ, ਅਤੇ ਪੁੱਤ ਆ ਜਾਂਦੇ ਹੁਣ, ਮੈਂ ਸਮਝਾਉਂਦਾ ਹੁਣ। ਜ਼ਰੂਰ, ਮੈਂ ਉਹ ਤਾਂ ਭਲਾ ਹੀ ਸੋਚਦੀ ਹਾਂ, ਪੜ੍ਹ ਲਿਖ ਜਾਊਗੀ, ਉਹਦਾ ਫਿਊਚਰ ਬਣ ਜੂਗਾ। ਸਹੀ ਗੱਲ ਆ, ਸਹੀ ਸਹੀ ਕਹਿੰਦੀ ਆ। ਚੱਲ ਤੂੰ ਬੈਠ, ਮੈਂ ਚਾਹ ਪਾਣੀ ਬਣਾ ਲਊਂ। ਨਹੀਂ ਨਹੀਂ ਅੰਕਲ ਜੀ, ਮੈਂ ਘਰੇ ਜਾਂਦੀ ਹਾਂ। ਕੋਈ ਗੱਲ ਨਹੀਂ ਪੁੱਤ, ਤੂੰ ਫਿਕਰ ਨਾ ਕਰ, ਹਾਂ ਜਦੋਂ ਆ ਗਈ ਮੈਂ ਸਮਝਾਊਂਗਾ। ਠੀਕ ਹੈ, ਠੀਕ ਹੈ ਨਾ? ਹਾਂਜੀ। ਕੀ ਕਰਾਂ ਯਾਰ, ਇਸ ਕੁੜੀ ਆ ਦੇਖ ਲਾ ਵਿਚਾਰੀ ਕੁੜੀ, ਰੋਜ਼ ਸਾਈਕਲ 'ਤੇ ਜਾਂਦੀ ਆ ਅਤੇ ਟਾਈਮ ਨਾਲ ਘਰੇ ਆ ਗਈ, ਅਤੇ ਕਹਾ ਇਹਨੂੰ ਮੈਂ ਸੂਟ ਦੁਬਾਰਾ ਰੱਖੀ ਆ, ਫਿਰ ਵੀ ਟਾਈਮ ਨਾਲ ਲਿਆਉਂਦੀ, ਕੀ ਕੁਛ ਲਾਂਭੇ ਦਵਾਈ ਜਾਂਦੇ ਮੇਰੇ, ਆ ਜਾਂਦੇ ਨੂੰ ਕੋਈ ਵੀ ਘਰੇ, ਇਹ ਤਾਂ ਮੈਂ ਦੱਸਦਾ। ਡੈਡੀ ਆ ਗਈ ਮੈਨੂੰ। ਹੋਰ ਡੈਡੀ, ਬਾਲੀ ਗਰਮੀ ਹੋਈ ਪਈ ਆ। ਗਰਮੀ ਤਾਂ ਬਾਲੀ ਹੋ ਰਹੀ ਆ। ਤੇਰਾ ਇਹ ਦੱਸ ਮੈਨੂੰ, ਉਹ ਕੁੜੀ ਨਾਲ ਕੀ ਚੱਕਰ ਆ? ਜੱਸੀ ਨਾਲ? ਜੱਸੀ ਨਾਲ ਮੇਰਾ ਕੀ ਚੱਕਰ ਹੋਣਾ ਡੈਡੀ? ਉਹ ਆਈ ਸੀ ਘਰੇ, ਸਾਰਾ ਕੁਝ ਦੱਸ ਗਈ ਮੈਨੂੰ। ਕੀ ਦੱਸ ਗਈ?
ਤੂੰ ਉਹਦੀ ਨਹੀਂ ਇੰਸਲਟ ਕਰਦੀ ਵਿਚਾਰੀ ਗਰੀਬਣੀ ਦੀ ਕੀ ਹੋਇਆ ਜੇ ਤੇਰੇ ਲਈ ਸੂਟ ਦੇ ਤੂੰ ਅਮੀਰ ਆ ਜੇ ਕਿਨਾ ਡੈਡੀ ਕੀ ਇੰਸਲਟ ਕਰਤੀ ਮੈਂ ਤਾਂ ਉਹਨੂੰ ਕਦੇ ਬੁਲਾਇਆ ਵੀ ਨਹੀਂ ਚੱਜ ਨਾਲ ਅੱਜ ਤੂੰ ਲੜੀ ਲੜੀ ਨਹੀਂ ਉਹਦੇ ਨਾਲ ਤੂੰ ਲੈ ਮੈਨੂੰ ਲੜਾਈ ਕਰਨ ਦੀ ਕਿੰਨਾ ਕੁਝ ਬੋਲਿਆ ਤੈਨੂੰ ਕਾਲਜ ਪਤਾ ਹਜੇ ਤੂੰ ਕਹਿੰਦੀ ਮੈਂ ਡੈਡੀ ਕੁਛ ਨਹੀਂ ਕਿਹਾ ਹੈਗਾ ਨਾਲੇ ਐਂ ਦੱਸ ਮੈਨੂੰ ਉਹ ਮੁੰਡਾ ਕੌਣ ਸੀ ਜਿਹੜਾ ਕਾਲਜ ਸੀਗਾ ਕਿਹੜਾ ਮੁੰਡਾ ਡੈਡੀ ਕਿਹੜੀ ਲੜਾਈ ਮੈਂ ਕਿਸੇ ਨੂੰ ਕੁਛ ਨਹੀਂ ਕਿਹਾ ਨਾ ਮੈਂ ਕਿਸੇ ਮੁੰਡੇ ਨਾਲ ਕੁਛ ਕੀਤਾਗਾ ਐਵੇਂ ਬੋਲੀ ਜਾਂਦੀ ਆ ਆ ਚਿੱਟੇ ਵਾਲ ਮੇਰੇ ਉਹੀ ਨਹੀਂ ਆਏ ਹੈਗੇ ਸਭ ਤੋਂ ਦੱਸ ਕੌਣ ਸੀ ਮੁੰਡਾ ਉਹ ਡੈਡੀ ਉਹ ਮੁੰਡਾ ਮੇਰੇ ਨਾਲ ਕਾਲਜ 'ਚ ਪੜ੍ਹਦਾ ਅਤੇ ਮੇਰਾ ਹੀ ਕਲਾਸਮੇਟ ਆ ਅਸੀਂ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਆਹ ਗੱਲਾਂ ਕਹਿੰਦੇ ਮੈਨੂੰ ਤੈਨੂੰ ਇਹ ਕਾਲਜ ਪੜ੍ਹਨ ਭੇਜਦਾ ਆ ਆਹ ਕੁਛ ਕਰੇਂਗੀ ਮੇਰੀ ਇਹ ਬਦਨਾਮੀ ਕਰਾਏਂਗੀ ਤੂੰ ਕਹਿੰਦੀ ਪਿਆਰ ਕਰਦਾ ਮੇਰੀ ਸੁਣ ਲਾ ਗੱਲ ਜੀ ਲਾ ਕੇ ਉੱਥੇ ਕਾਲਜ 'ਚ ਪੜ੍ਹ ਨਹੀਂ ਤੇਰਾ ਕਾਲਜ ਜਾਣਾ ਮੈਂ ਬੰਦ ਕਰ ਦੂੰ ਆਹ ਕੋਈ ਫੋਨ ਫੂਨ ਵੀ ਦੇਣ ਦੀ ਲੋੜ ਹੈਗੀ ਡੈਡੀ ਡੈਡੀ ਮੇਰੀ ਗੱਲ ਤਾਂ ਸੁਣੋ ਬਹੁਤ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਉਹ ਤੈਨੂੰ ਕੀ ਪਤਾ ਕੱਲ੍ਹ ਦੀ ਜਵਾਕ ਆ ਤੂੰ ਕਹਿੰਦੀ ਬਹੁਤ ਵਧੀਆ ਫੈਮਿਲੀ 'ਚ ਬਿਲੋਂਗ ਕਰਦਾ ਉਹ ਡੈਡੀ ਹੁਣ ਤੁਸੀਂ ਜੱਸੀ ਮਗਰ ਲੱਗ ਕੇ ਮੇਰੇ ਨਾਲ ਲੜਨ ਲੱਗੇ ਹੋ ਉਹ ਪੁੱਤ ਤੇਰੇ ਭਲੇ ਲਈ ਗੱਲਾਂ ਕਰਦਾ ਮੈਂ ਉਹਦੇ ਪਿੱਛੇ ਨਹੀਂ ਲੱਗ ਰਿਹਾ ਮੈਂ ਉਹ ਤਾਂ ਵੈਸੇ ਮੇਰੇ ਤੇ ਖਾਰ ਖਾਂਦੀ ਹੈ ਮੈਨੂੰ ਪਤਾ ਹੀ ਆ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਨਾ ਅੱਜ ਤੋਂ ਉਹ ਮੁੰਡੇ ਨਾਲ ਕੋਈ ਨਹੀਂ ਬੋਲਣ ਤੇ ਠੀਕ ਆ ਡੈਡੀ ਬਿਨਾਂ ਗੱਲ ਤੋਂ ਹੀ ਮੇਰੇ ਨਾਲ ਲੜੀ ਜਾਂਦੇ ਆ ਨਾ ਕੋਈ ਗੱਲ ਹੋਈ ਆ ਨਾ ਬਾਤ ਐਵੇਂ ਬਸ ਜੱਸੀ ਦੇ ਮਗਰ ਲੱਗ ਕੇ ਉਹ ਤਾਂ ਪਹਿਲੇ ਹੀ ਚਾਹੁੰਦੀ ਸੀ ਵੀ ਇਹਨੂੰ ਗਾਲਾਂ ਮਿਲਣ ਕਰੋ ਉਹ ਤੋਂ ਕਿੱਥੇ ਮੇਰੀ ਐਸ਼ ਜਰੀ ਜਾਂਦੀ ਆ ਇਹੀ ਗੱਲ ਰੋਕਦਾ ਤੈਨੂੰ ਮੈਂ ਗੱਲ ਸੁਣਦਾ ਕੋਈ ਲੋੜ ਨਹੀਂ ਸੂਟ ਲੈ ਕੇ ਜਾਂਦੀ ਤੋਂ ਕਾਲਜ ਨਾ ਜੇ ਮੈਨੂੰ ਇਹੋ ਜਿਹਾ ਕੁਛ ਦੁਬਾਰਾ ਸੁਣਨ ਨੂੰ ਮਿਲ ਗਿਆ ਨਾ ਮੈਥੋਂ ਬੁਰਾ ਕੋਈ ਨਹੀਂ ਫਿਰ ਡੈਡੀ ਕੋਈ ਡੈਡੀ ਨਹੀਂ ਜਿੱਦਾਂ ਪੜਾ ਆਪਣਾ ਜੀ ਲਾ ਕੇ ਮੇਰਾ ਫੋਨ ਮੇਰੀ ਗੱਲ ਸੁਣੋ ਜਿਹੜੀ ਗੱਲ ਅੱਜ ਤੁਸੀਂ ਕਹੀ ਸੀ ਨਾ ਵੀ ਜੱਸੀ ਕਿਤੇ ਜਾ ਕੇ ਘਰੇ ਨਾ ਦੱਸ ਦੇਵੇ ਉਹੀ ਗੱਲ ਹੋਈ ਜੱਸੀ ਨੇ ਮੇਰੇ ਘਰੇ ਆਉਣ ਤੋਂ ਪਹਿਲਾਂ ਸਾਰਾ ਕੁਛ ਡੈਡੀ ਨੂੰ ਦੱਸਤਾ ਆਪਣੇ ਬਾਰੇ ਸੰਗਤ ਉਹਨੂੰ ਆਪਾਂ ਕੀ ਕਿਹਾ ਸੀਗਾ ਉਹ ਤਾਂ ਵੈਸੇ ਜੈਲਸ ਫੀਲ ਕਰਦੀ ਆ ਡੈਡੀ ਪਤਾ ਮੇਰੇ ਨਾਲ ਕਿੰਨਾ ਲੜਿਆ ਨਾਲ ਡੈਡੀ ਨੇ ਮੈਨੂੰ ਕਹਿਤਾ ਵੀ ਕੋਈ ਲੋੜ ਨਹੀਂ ਕਾਲਜ ਜਾਣ ਦੀ ਅੱਜ ਤੋਂ ਬਾਅਦ ਤੈਨੂੰ ਕਿਤੇ ਨਹੀਂ ਭੇਜਣਾ ਚੁੱਪ ਕਰਕੇ ਘਰੇ ਬੈਠ ਜਾ ਤੁਹਾਨੂੰ ਮੇਰੇ ਡੈਡੀ ਦੇ ਸੁਭਾਅ ਦਾ ਨਹੀਂ ਪਤਾ ਡੈਡੀ ਦਾ ਸੁਭਾਅ ਪਤਾ ਕਿੰਨਾ ਗਰਮ ਆ ਉਹਨਾਂ ਨੇ ਮੈਨੂੰ ਮਾਰ ਦੇਣਾ ਆ ਘਰੋਂ ਭੱਜ ਜਾਂਦੇ ਆ ਰਹਿ ਤਾਂ ਮੈਂ ਵੀ ਨਹੀਂ ਸਕਦੀ ਤੁਹਾਡੇ ਬਿਨਾਂ ਪਰ ਮੈਨੂੰ ਇਹ ਵੀ ਪਤਾ ਜੇ ਮੈਂ ਡੈਡੀ ਨੂੰ ਤੁਹਾਡੇ ਲਈ ਜ਼ਿਆਦਾ ਫੋਰਸ ਕਰੂੰਗੀ ਨਾ ਡੈਡੀ ਨੇ ਮੰਨਣਾ ਨਹੀਂ ਹੈਗਾ ਪਰ ਤੁਸੀਂ ਤਾਂ ਕਹਿੰਦੇ ਸੀ ਨਾ ਵੀ ਤੁਹਾਡੀ ਫੈਮਿਲੀ ਤਾਂ ਮੈਨੂੰ ਐਕਸੈਪਟ ਕਰਨ ਲਈ ਰੈਡੀ ਆ ਫਿਰ ਆਪਾਂ ਤੁਹਾਡੇ ਘਰੇ ਚੱਲਣਾ ਹਾਂ ਚਲੋ ਠੀਕ ਆ ਮੈਂ ਸਾਰਾ ਕੁਛ ਰੈਡੀ ਕਰਕੇ ਰੱਖ ਲੂੰ ਆਪਦਾ
ਆਪਾਂ ਭੱਜ ਜਾਵਾਂਗੇ। ਹਾਂ ਤੁਸੀਂ ਟੈਨਸ਼ਨ ਨਾ ਲਿਓ। ਚਲ ਹਾਂ ਠੀਕ ਆ। ਮੈਨੂੰ ਪਤਾ ਮੈਂ ਬਹੁਤ ਗਲਤ ਕਰਨ ਲੱਗੀ ਹਾਂ, ਪਰ ਡੈਡੀ ਸੋਰੀ, ਮੈਨੂੰ ਮਾਫ਼ ਕਰ ਦਿਓ। ਤੁਸੀਂ ਮੰਨਣਾ ਨਹੀਂ ਹੈਗਾ ਮੇਰੇ ਵਿਆਹ ਲਈ, ਤਾਂ ਕਰਕੇ ਮੈਨੂੰ ਇਹ ਸਟੈਪ ਚੱਕਣਾ ਪੈ ਰਿਹਾ। ਤੁਸੀਂ ਪਲੀਜ਼ ਮੈਨੂੰ ਇੱਕ ਵਾਰੀ ਪਹੁੰਚ ਕੇ ਬਸ ਦੱਸ ਦਿਓ। ਅੱਛਾ ਪਹੁੰਚ ਵੀ ਗਏ ਤੁਸੀਂ? ਚਲੋ ਕੋਈ ਨਹੀਂ, ਬਸ ਮੈਂ ਵੀ ਕੋਈ ਨਾ ਕੋਈ ਬਹਾਨਾ ਲਾ ਕੇ ਨਾ ਸ਼ਾਮ ਤੱਕ ਆਉਣ ਦੀ ਕੋਸ਼ਿਸ਼ ਕਰਦੀ ਹਾਂ। ਇੱਕ ਤਾਂ ਡੈਡੀ ਆ ਫੋਨ ਫੜਾ ਮੈਨੂੰ। ਕਿਹਨੂੰ ਕਹਿ ਰਹੀ ਸੀ ਮੈਂ ਆ ਜੂੰਗੀ? ਡੈਡੀ ਮੇਰੀ ਫਰੈਂਡ ਦਾ ਫੋਨ ਸੀ ਕਾਲਜ ਵਾਲੀ ਦਾ। ਤੈਨੂੰ ਮੈਂ ਕੱਲ ਕਿਹਾ ਸੀ ਨਾ ਕਾਲਜ ਨਾ ਜਾਣਾ ਨਾ ਹੀ ਫੋਨ ਚੱਕਣਾ, ਤੂੰ ਫੋਨ ਫਿਰ ਚੱਕ ਲਿਆ। ਆਪਣੀ ਹਰਕਤਾਂ ਤੋਂ ਬਾਅਦ ਨਹੀਂ ਜਾਂਦੀਆਂ ਤੂੰ। ਡੈਡੀ ਫਿਰ ਕੀ ਹੋ ਗਿਆ, ਗੱਲ ਹੀ ਕੀਤੀ ਉਹਦੇ ਨਾਲ? ਗੱਲ ਕੀਤੀ ਆ? ਤੂੰ ਕਹਿੰਦੀ ਮੈਂ ਕਿਹਨੂੰ ਕਹਿ ਰਹੀ ਸੀ ਆਉਂਦੀ ਆ ਜੂ ਮੈਂ, ਜੇ ਤੈਨੂੰ ਕਹਿੰਦੇ ਸੀ ਕਿਸੇ ਨੂੰ ਫੋਨ ਕਰਨਾ ਨਾ ਹੀ ਕਿਤੇ ਜਾਣਾ ਆ। ਸੋਰੀ ਡੈਡੀ ਗਲਤੀ ਹੋ ਗਈ। ਸੋਰੀ ਗਲਤੀ ਹੋ ਗਈ ਕਹਿੰਦੀ? ਹੁਣ ਮੇਰੀ ਬਦਨਾਮੀ ਕਰਾਏਗੀ ਤੂੰ? ਕੋਈ ਲੋੜ ਨਹੀਂ ਫੋਨ ਚੱਕਦੀ, ਫੋਨ ਮੇਰੇ ਲਈ ਵੀ ਆ, ਬਹਿ ਅੰਦਰ ਟਿੱਕੇ। ਡੈਡੀ ਤੁਹਾਨੂੰ ਨਹੀਂ ਪਤਾ, ਤੁਹਾਡੇ ਇਸੇ ਨੇਚਰ ਕਰਕੇ ਨਾ ਮੈਂ ਐਡਾ ਵੱਡਾ ਕਦਮ ਚੁੱਕਣ ਲੱਗੀ ਹਾਂ। ਰੱਖ ਲਓ ਤੁਸੀਂ ਫੋਨ ਵੀ, ਮੇਰਾ ਤਾਂ ਇਹ ਨਹੀਂ ਪਤਾ ਮੈਂ ਅੱਜ ਸ਼ਾਮ ਤੱਕ ਹੋਵਾਂ ਕਿ ਨਾ ਹੋਵਾਂ। ਅੱਜ ਤਾਂ ਗਰਾਊਂਡ 'ਚ ਮਜ਼ਾ ਹੀ ਆ ਗਿਆ, ਵਧੀਆ ਪ੍ਰੈਕਟਿਸ ਹੋ ਗਈ। ਮਨਪ੍ਰੀਤ ਇੱਕ ਹਫ਼ਤਾ ਹੋ ਗਿਆ ਮਨਪ੍ਰੀਤ ਕਾਲਜ ਨਹੀਂ ਆ ਰਹੀ। ਚੱਲ ਮੇਰੀ ਜਿਹੋ ਜਿਹੀ ਮਰਜ਼ੀ ਸਹੇਲੀ ਹੈ, ਹੈ ਤਾਂ ਬਚਪਨ ਦੀ ਸਹੇਲੀ, ਪੁੱਛਾਂ ਜਾ ਕੇ ਠੀਕ ਵੀ ਹੈ ਕਿ ਨਹੀਂ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਆ ਜਾ ਆ ਜਾ। ਹੋਰ ਕਿਵੇਂ ਹੋ? ਵਧੀਆ ਪੁੱਤ, ਠੀਕ ਆ। ਮੈਂ ਹੁਣੇ ਗਰਾਊਂਡ ਤੋਂ ਪ੍ਰੈਕਟਿਸ ਕਰਕੇ ਜਾਂਦੀ ਪਈ ਸੀ, ਸੋਚਿਆ ਮਨਪ੍ਰੀਤ ਨੂੰ ਮਿਲਣਾ। ਇੱਕ ਹਫ਼ਤਾ ਹੋ ਗਿਆ ਉਸ ਕਾਲਜ ਨਹੀਂ ਆਈ, ਠੀਕ ਹੈ ਸਭ? ਹਾਂ ਪੁੱਤ, ਥੋੜ੍ਹੀ ਬਿਮਾਰ ਆ। ਅਤੇ ਤੂੰ ਦੱਸ, ਤੇਰੀ ਪੜ੍ਹਾਈ ਪੜ੍ਹੂਈ ਵਧੀਆ ਚੱਲ ਰਹੀ ਆ? ਮੇਰੀ ਪੜ੍ਹਾਈ ਵਧੀਆ, ਭਰਤੀ ਲਈ ਮੈਂ ਦਾਖਲੇ ਸ਼ੁਰੂ ਕਰਤੇ ਹੈ, ਬਸ ਇੱਕ ਟੈਸਟ ਜਿਹਾ ਦੇਣਾ। ਚੱਲ ਵਧੀਆ ਪੁੱਤ, ਸੱਚੇ ਪਾਤਸ਼ਾਹ ਤੇਰੀ ਮੁਰਾਦ ਪੂਰੀ ਕਰੇ। ਹਾਂਜੀ ਮਨਪ੍ਰੀਤ, ਫਿਕਰ ਰਹੀ ਹੈ ਜੇ ਬਿਮਾਰ ਮੈਂ ਮਿਲਾਂ? ਨਹੀਂ ਨਹੀਂ ਪੁੱਤ, ਆਰਾਮ ਕਰ ਰਹੇ ਤੂੰ, ਬਹਿ ਜਾ ਕੋਈ ਨਾ, ਮੇਰੇ ਨਾਲ ਆਪਾਂ ਬਿਨਾਂ ਗੱਲਾਂ ਕਰਦੇ ਹਾਂ। ਅੰਕਲ ਜੀ ਤੁਸੀਂ ਠੀਕ ਨਹੀਂ ਲੱਗ ਰਹੇ। ਨਹੀਂ ਠੀਕ ਆ ਪੁੱਤ ਮੈਂ। ਕੋਈ ਗੱਲ ਹੈ ਤਾਂ ਦੱਸੋ ਮੈਨੂੰ। ਨਾ ਨਾ ਕੋਈ ਗੱਲ ਨਹੀਂ ਪੁੱਤ, ਕੋਈ ਗੱਲ ਤਾਂ ਕੋਈ ਨਹੀਂ। ਕੋਈ ਨਹੀਂ ਮਨਪ੍ਰੀਤ, ਅਗਰ ਸੁੱਤੀ ਵੀ ਹੋਈ ਹੈ ਮੈਨੂੰ ਇੱਕ ਵਾਰ ਦੇਖ ਤਾਂ ਲੈਂਦੋ, ਠੀਕ ਤਾਂ ਹੈ? ਪੁੱਤੋਂ ਨੇ ਮੈਨੂੰ ਇਹ ਕਿਹਾ ਸੀ ਵੀ ਜੇ ਕੋਈ ਵੀ ਆਵੇ ਮੈਨੂੰ ਤੰਗ ਨਾ ਕਰੀਓ। ਅੰਕਲ ਜੀ ਮੈਨੂੰ ਇਹ ਕਿਉਂ ਲੱਗ ਰਿਹਾ ਤੁਸੀਂ ਮੇਰੇ ਤੋਂ ਕੁਛ ਲੁਕੋ ਰਹੇ ਹੋ? ਨਾ ਨਾ ਪੁੱਤ, ਮੈਂ ਤੈਥੋਂ ਕੀ ਲੁਕਾਉਂਗਾ। ਮੈਨੂੰ ਆਪਣੀ ਧੀ ਸਮਝੋ, ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸੋ ਕੀ ਹੋਇਆ। ਧੀ ਤਾਂ ਸਮਝਦਾ ਪੁੱਤ, ਪਰ ਕੀ ਦੱਸਾਂ ਤੈਨੂੰ, ਉਹ ਤਾਂ ਮੈਨੂੰ ਬਦਨਾਮੀ ਦਾ ਦਾਗ ਲਾ ਕੇ ਚਲੀ ਗਈ, ਕਿਸੇ ਮੁੰਡੇ ਦਾ ਭੱਜ ਗਈ ਪੁੱਤੋਂ ਤਾਂ। ਇਹ ਤੁਸੀਂ ਕੀ ਕਹਿ ਰਹੇ ਹੋ ਅੰਕਲ ਜੀ? ਹਾਂ ਪੁੱਤ ਸੱਚ ਕਹਿ ਰਹੇ ਹੋ, ਗਲਤੀ ਮੇਰੀ ਸੀ ਜਿਹੜਾ ਮੈਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਸੀਗੀ, ਸਕੂਟਰੀ ਦੇ ਹਰ ਏਸ਼ੋ ਆਰਾਮ ਦਿੱਤਾ ਉਹਨੂੰ, ਪਰ ਉਹਨੇ ਮੇਰੇ ਪਿਆਰ ਦੀ ਕਦਰ ਨਹੀਂ ਪਾਈ ਪੁੱਤ। ਪਰ ਕਿਹਦੇ ਨਾਲ ਭੱਜੀ, ਕੁਛ ਤਾਂ ਤੁਹਾਨੂੰ ਪਤਾ ਹੋਊਗਾ, ਕੁਛ ਦੱਸ ਕੇ ਤਾਂ ਗਈ ਹੋਊਗੀ। ਮੈਨੂੰ ਕੁਛ ਨਹੀਂ ਪਤਾ ਪੁੱਤ, ਕਿਹਦੇ ਨਾਲ ਗਈ ਹੈ, ਕਿਹਦੇ ਨਾਲ ਗਈ, ਪਰ ਮੇਰੀ ਇੱਜ਼ਤ ਰੋਲ ਗਈ। ਮੈਂ ਕਿਸੇ ਨੂੰ ਨਹੀਂ ਦੱਸਿਆ ਪੁੱਤ, ਪਿੰਡ 'ਚ ਬੈ ਕੇ ਨੂੰ ਮੂੰਹ ਦਿਖਾਊਂਗਾ।
ਅੰਕਲ ਜੀ ਸਾਨੂੰ ਤਾਂ ਪਤਾ ਕਰਨਾ ਪਊਗਾ। ਨਾ ਪੁੱਤ, ਮੈਂ ਕਿਉਂ ਪਤਾ ਕਰੂੰਗਾ, ਹੈ ਤਾਂ ਤੁਹਾਡੀ ਧੀ ਨਾ, ਸਾਨੂੰ ਪਤਾ ਤਾਂ ਕਰਨਾ ਚਾਹੀਦਾ ਨਾ, ਉਹ ਕਿੱਥੇ ਹੈ, ਕਿਵੇਂ ਹੈ, ਕਿਹੜੇ ਹਾਲਾਤਾਂ 'ਚ ਹੈ। ਉਹ ਨਹੀਂ ਪੁੱਤ, ਮੇਰੀ ਕੋਈ ਧੀ ਨਹੀਂ ਹੈਗੀ, ਉਹ ਮੇਰੇ ਲਈ ਮਰ ਗਈ। ਉਹ ਇੱਦਾਂ ਮਰੀ ਦਾ ਮੂੰਹ ਮੈਂ ਦੇਖਾਂ? ਇੱਦਾਂ ਨਹੀਂ ਬੋਲਦੇ, ਇੱਦਾਂ ਨਾ ਕਹੋ ਤੁਸੀਂ। ਚੱਲ ਛੱਡ ਪੁੱਤ ਇਹਨਾਂ ਗੱਲਾਂ ਨੂੰ, ਤੂੰ ਆਪਣਾ ਜੀ ਲਾ ਕੇ ਪੜ੍ਹ, ਆਪਣੇ ਮਾਂ ਬਾਪ ਦਾ ਪੁੱਤਰ ਨਾਮ ਰੋਸ਼ਨ ਕਰੀ। ਤੂੰ ਇਹੋ ਜਿਹਾ ਕੁਝ ਗਲਤ ਸਟੈਪ ਚੱਕੇ ਪੁੱਤ, ਨਹੀਂ ਜ਼ਿੰਦਗੀ 'ਚ ਕੁਝ ਬਣ ਕੇ ਦਿਖਾ। ਕਦੇ ਵੀ ਨਹੀਂ। ਹਾਂਜੀ ਮੈਂ ਜਾਂਦੀ ਹਾਂ, ਤੁਸੀਂ ਆਪਣਾ ਧਿਆਨ ਰੱਖਿਓ। ਹਾਂ ਹਾਂ ਪੁੱਤ ਠੀਕ। ਬਸ ਫਿਰ ਹੈਪੀ, ਮੈਂ ਮੁੜ ਕੇ ਕਦੇ ਨਹੀਂ ਇਹਨੂੰ ਮਿਲੀ। ਬਸ ਲਾਸਟ 'ਚ ਮੈਨੂੰ ਇਹੀ ਚੀਜ਼ ਪਤਾ ਲੱਗੀ, ਇਹ ਘਰੋਂ ਭੱਜ ਗਈ ਹੈ। ਮਨਪ੍ਰੀਤ ਉੱਠ, ਮਨਪ੍ਰੀਤ, ਮਨਪ੍ਰੀਤ, ਮਨਪ੍ਰੀਤ ਉੱਠ, ਮਨਪ੍ਰੀਤ ਉੱਠ। ਕੀ ਹੋਇਆ ਤੇਰੇ ਨਾਲ, ਤੂੰ ਦੱਸ ਮੈਨੂੰ, ਤੂੰ ਠੀਕ ਹੈ? ਕਿਹਨੇ ਕੀਤਾ ਤੇਰਾ ਇਹ ਹਾਲ? ਜੱਸੀ ਦੀਦੀ ਤੁਸੀਂ? ਹਾਂ ਮੈਂ, ਤੂੰ ਦੱਸ, ਤੂੰ ਬਿਲਕੁਲ ਸੇਫ ਹੈ, ਤੂੰ ਟੈਨਸ਼ਨ ਨਾ ਲੈ ਕਿਸੇ ਚੀਜ਼ ਦੀ, ਮੈਨੂੰ ਸਾਰਾ ਦੱਸ ਤੇਰੇ ਨਾਲ ਕੀ ਹੋਇਆ। ਦੀਦੀ ਮੈਂ ਸੰਗਤ ਨਾਲ ਭੱਜ ਗਈ ਸੀ, ਇਸ ਤੋਂ ਬਾਅਦ ਉਹ ਜਿੱਥੇ ਮੈਨੂੰ ਲੈ ਕੇ ਗਿਆ ਉਹ ਮਕਾਨ ਵੀ ਕਿਰਾਏ ਦਾ ਸੀ। ਆ ਜਾ ਲੰਘਿਆ ਲੰਘਿਆ ਮਨਪ੍ਰੀਤ। ਆ ਲਿਆ ਮੈਂ ਕਿਰਾਏ 'ਤੇ। ਕਿਰਾਏ 'ਤੇ? ਹੋਰ ਆਪਾਂ ਘਰੋਂ ਭੱਜਾਂਗੇ ਕਮਲੀਏ, ਹੁਣੀ ਹੁਣੀ ਤਾਂ ਠੀਕ ਨਹੀਂ ਨਾ ਹੁੰਦਾ ਸੀਗਾ, ਤਾਂ ਕਰਕੇ ਮੈਂ ਕਿਰਾਏ 'ਤੇ ਲਿਆ। ਮੇਰਾ ਘਰ ਬਹੁਤ ਵੱਡਾ ਹੈ, ਨਾਲੇ ਇੱਥੇ ਤਾਂ ਕੋਈ ਘਰ ਦਾ ਮੈਂਬਰ ਵੀ ਨਹੀਂ ਦਿਸਦਾ, ਤੁਹਾਡੀ ਫੈਮਿਲੀ ਕਿੱਥੇ? ਗੱਲ ਤਾਂ ਸੁਣ, ਗੱਲ ਤਾਂ ਸੁਣ ਮੇਰੀ ਪੂਰੀ, ਮੰਮੀ ਡੈਡੀ ਦੂਸਰੇ ਘਰ 'ਚ ਨੇ, ਮੈਂ ਤੁਹਾਨੂੰ ਕਹਿੰਦੀ ਵੱਡਾ ਘਰ ਆ, ਇਹ ਮੈਂ ਕਿਰਾਏ 'ਤੇ ਲਿਆ ਗਾ, ਮਹਾਂ ਜਿੰਨਾ ਚੱਕਰ ਸੈਟਿੰਗ ਹੀ ਨਹੀਂ ਆਉਂਦੀ ਇੱਥੇ ਠੀਕ ਰਹੂਗਾ। ਠੀਕ ਆ, ਨਾਲੇ ਮੇਰੀ ਗੱਲ ਸੁਣ, ਪੈਸੇ ਲੈ ਕੇ ਆਈ ਤੂੰ? ਹਾਂ, 4-5 ਲੱਖ ਰੁਪਇਆ ਪਿਆ ਸੀ ਡੈਡੀ ਦੇ ਅਲਮਾਰੀ 'ਚ, ਮੈਂ ਸਾਰਾ ਚੱਕ ਲਿਆਂਦਾ। ਚੱਲ ਠੀਕ ਆ, ਉਹ ਅਸਲ ਦੇ ਵਿੱਚ ਨਾ ਇਹਨੇ ਤਾਂ ਕਿਰਾਏ ਦੇ ਪੈਸੇ ਦੇਣੇ ਨੇ, ਨਾਲੇ ਇੱਥੇ ਆਪਣੇ ਕੋਲ ਕੋਈ ਸਾਧਨ ਨਹੀਂ ਹੈਗਾ ਯਾਰ, ਕਈ ਵਾਰੀ ਮਜਬੂਰੀ 'ਚ ਕਿਸੇ ਚੀਜ਼ ਦੀ ਲੋੜ ਪੈ ਜੇ। ਮੈਂ ਮੋਟਰਸਾਈਕਲ ਖਰੀਦਣ ਦੀ ਕਰ ਰਿਹਾ ਸੀਗਾ, ਤੂੰ ਐਂ ਕਰ 1,00,000 ਰੁਪਇਆ ਦੇ ਦੇ ਮੈਨੂੰ ਕੱਢ ਕੇ। ਪਰ ਹੁਣੇ ਪਹਿਲਾਂ ਅੰਦਰ ਤਾਂ ਆ ਜਾਓ, ਪਾਣੀ ਦੀ ਘੁੱਟ ਤਾਂ ਪੀ ਲਓ। ਪੀਤੇ ਹੀ ਆ ਪਾਣੀ ਯਾਰ, ਤੂੰ ਐਂ ਤਾਂ ਦੇ, ਜੇ ਕਿਤੇ ਕੋਈ ਮੁਸੀਬਤ ਆ ਵੀ, ਕੋਈ ਪੁਲਿਸ ਆ ਗਈ, ਭੱਜ ਤਾਂ ਲਵਾਂਗੇ ਮੋਟਰਸਾਈਕਲ 'ਤੇ। ਆ ਜਾ ਦੇ ਮੈਨੂੰ ਪੈਸੇ। ਆ ਲੈਂਦੇ ਮੋਟਰਸਾਈਕਲ, ਸੁਣਿਆ ਨਾ ਸੰਗਤ, ਇਹ ਤਾਂ ਪੁਰਾਣਾ ਜਿਹਾ। ਯਾਰ ਤੂੰ ਐਂ ਕਦੋਂ ਨਹੀਂ ਸੋਚਦੀ ਵੀ ਮੋਟਰਸਾਈਕਲ ਆ ਗਿਆ, ਸਾਧਨ ਆ ਗਿਆ ਘਰੇ, ਨਾਲੇ ਮੈਂ ਕੀ ਪ੍ਰੂਫ ਚੱਕ ਕੇ ਫਿਰਦਾਗਾ ਵੀ ਮੈਨੂੰ ਨਵਾਂ ਦੇਣਗੇ। ਹਾਂ ਇਹ ਵੀ ਆ, ਚਲੋ ਜਿਵੇਂ ਦਾ ਵੀ ਆ, ਚੀਜ਼ ਤਾਂ ਬਣ ਗਈ ਨਾ ਆਪਣੀ। ਹਾਂ ਲੈ ਤੂੰ ਹੁਣ ਐਂ ਜੇ ਨਾ ਮੂੰਹ ਕਰ, ਤੂੰ ਖੁਸ਼ ਹੋ ਕੇ ਨਾ ਮੂੰਹ ਮਿੱਠਾ ਕਰਾ। ਮੂੰਹ ਮਿੱਠਾ ਤਾਂ ਕਰਾ ਦਿੰਦੀ ਹਾਂ, ਪਰ ਤੁਸੀਂ ਡਰਿੰਕ ਕਰਕੇ ਆਏ? ਹਾਂ ਉਹ ਯਾਰਾਂ ਦੋਸਤਾਂ ਨੇ ਪਿਆ ਤੀ ਮੋਟਰਸਾਈਕਲ ਦੀ ਖੁਸ਼ੀ 'ਚ। ਸੰਗਤ ਮੈਨੂੰ ਇਹ ਚੀਜ਼ਾਂ ਜਮਾਂ ਪਸੰਦ ਨਹੀਂ, ਅਤੇ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਵੀ ਤੁਸੀਂ ਡਰਿੰਕ ਵੀ ਕਰਦੇ ਹੋ, ਇਹਦਾ ਮਤਲਬ ਤੁਸੀਂ ਕੋਈ ਹੋਰ ਨਸ਼ਾ ਵੀ ਕਰਦੇ ਹੋਵੋਗੇ। ਨਹੀਂ ਮਨਪ੍ਰੀਤ ਤੂੰ ਐਂ ਕਾਹਤੋਂ ਕਰੀ ਨਹੀਂ ਆ, ਨਹੀਂ ਕਰਦਾ ਮੈਂ ਹੋਰ ਕੋਈ ਨਸ਼ਾ, ਆ ਇਹਦੀ ਖੁਸ਼ੀ 'ਚ ਪੀ ਕੇ ਆਏਗਾ, ਅੱਜ ਪਹਿਲੀ ਵਾਰੀ ਪੀਤੀ ਆ, ਇੱਦਾਂ ਮੁੜ ਕੇ ਸੌਣ ਲੱਗੇ ਤੇਰੀ, ਨਹੀਂ ਪੀਂਦਾ। ਮੈਂ ਤੁਹਾਡੇ 'ਤੇ ਯਕੀਨ ਕਰਕੇ ਨਾ ਐਡਾ ਵੱਡਾ ਸਟੈਪ ਚੱਕਿਆ, ਡੈਡੀ ਨੂੰ ਬਿਨਾਂ ਦੱਸੇ ਘਰੋਂ ਭੱਜ ਗਈ ਹਾਂ। ਤੂੰ ਐਵੇਂ ਦਾ ਕੁਛ ਨਾ ਸੋਚ, ਗਲਤ ਮਲਤ ਨਹੀਂ ਪੀਂਦਾ, ਤੈਨੂੰ ਕਹਿਤਾ ਨਾ ਇੱਕ ਵਾਰੀ। ਪੱਕਾ ਨਾ? ਹਾਂ ਤੇਰੀ ਸੌਂ ਦੁਬਾਰੇ ਖਾ ਲੈਣਾ, ਬਸ ਹੁਣ ਸਮਾਈਲ ਕਰ ਪਹਿਲਾਂ, ਆ ਜਾ ਖਵਾ ਮੂੰਹ ਮਿੱਠਾ ਕਰ। ਆਲੂ ਚਾਹ। ਸੰਗਤ ਮੇਰੀ ਗੱਲ ਸੁਣੋ ਤੁਸੀਂ, ਹੁਣ 2 ਹਫ਼ਤੇ ਹੋ ਚੱਲੇ ਯਾਰ, ਕਿਤੇ ਤਾਂ ਕੰਮ ਧੰਦੇ ਦਾ ਪਤਾ ਕਰੋ, ਐਵੇਂ ਕਿੰਨਾ ਕੁ ਟਾਈਮ ਚੱਲੂਗਾ ਕੰਮ? ਜਿਹੜੇ ਪੈਸੇ ਮੈਂ ਲੈ ਕੇ ਆਈ ਸੀ ਉਹਨਾਂ 'ਚੋਂ ਸਿਰਫ ਆਪਣੇ ਕੋਲ 30,000 ਰੁਪਈਆ ਬਚਿਆ,
ਉਹਦੇ ਨਾਲ ਕਿੰਨਾ ਕੁ ਟਾਈਮ ਗੁਜ਼ਾਰਾ ਕਰ ਲਾਂਗੇ? ਚੱਲ ਕੋਈ ਗੱਲ ਨਹੀਂ, ਹਲੇ ਪਿਆ ਨਾ 30,000 ਰੁਪਇਆ, ਮੈਂ ਲੱਭੀ ਇੰਨਾ ਕੰਮ ਨਹੀਂ ਮਿਲ ਰਿਹਾ, ਮੈਨੂੰ ਵੀ ਪਤਾ ਹਫ਼ਤਾ ਹੋ ਗਿਆ, ਫਿਰ ਸਰਾਈਆਂ ਕਰਨ ਦੀ ਕੀ ਲੋੜ ਆ ਵੀ ਤੂੰ ਮੇਰੇ ਵਾਸਤੇ ਪੈਸੇ ਲੈ ਕੇ ਆਈ ਆ ਅਤੇ ਤੂੰ ਕੰਮ ਨਹੀਂ ਕਰ ਰਿਹਾ। ਸੰਗਤ ਇਹ ਤੁਸੀਂ ਕਿਵੇਂ ਬੋਲੀ ਜਾਂਦੇ ਹੋ, ਤੁਹਾਡੇ ਕਰਕੇ ਆਈ ਹਾਂ ਮੈਂ? ਹਾਂ ਜੇ ਤੁਸੀਂ ਮੈਨੂੰ ਲੈ ਕੇ ਆਏ ਹੋ ਤੁਹਾਡੀ ਰਿਸਪੋਂਸੀਬਿਲਟੀ ਬਣਦੀ ਆ, ਕੰਮ ਧੰਦਾ ਕਰਨਾ ਨਹੀਂ ਇਹਦਾ ਮਤਲਬ ਤੁਸੀਂ ਮੇਰੇ ਪੈਸੇ 'ਤੇ ਐਸ਼ ਕਰਨੀ ਆ ਬਸ। ਯਾਰ ਕਰਨਾ ਕਹਿਤਾ ਨਾ ਤੈਨੂੰ, ਮੈਨੂੰ ਨਹੀਂ ਨਹੀਂ ਹੋ ਪਾ ਰਿਹਾ, ਤੂੰ ਨਾ ਦੇ ਸਟ੍ਰੈਸ। ਜੇ ਮੈਂ ਫੈਮਿਲੀ ਦੀ ਗੱਲ ਕਰਦੀ ਹਾਂ ਤੁਸੀਂ ਕਹਿ ਦਿੰਦੇ ਆ ਹਜੇ ਨਹੀਂ ਦੱਸਣਾ, ਹਜੇ ਨਹੀਂ ਦੱਸਣਾ, ਫਿਰ ਮੈਨੂੰ ਦੱਸ ਦਿਓ ਵੀ ਜਾਵਾਂ ਕਿੱਧਰ ਮੈਂ? ਤੂੰ ਹੁਣ ਲੜਨਾ ਹੀ ਹੈ ਮੇਰੇ ਨਾਲ? ਤੈਨੂੰ ਇੱਕ ਵਾਰੀ ਕਹਿਤਾ ਮੈਂ ਲੱਭੀ ਇੰਨਾ ਕੰਮ ਕਰ ਲੂੰਗਾ, ਸਵੇਰੇ ਚਾਹ ਫੜਾਉਣਾ ਤੂੰ ਲੱਗ ਜਾਣੀ ਹੁੰਦੀ। ਮੈਂ ਲੜਨਾ ਨਹੀਂ ਹੈਗਾ, ਮੈਂ ਤੁਹਾਨੂੰ ਪਿਆਰ ਨਾਲ ਸਮਝਾਈ ਜਾਂਦੀ ਹਾਂ ਵੀ ਅੱਜ ਜਾ ਕੇ ਕਿਸੇ ਕੰਮ ਧੰਦੇ ਦਾ ਪਤਾ ਕਰ ਲਓ। ਕੋਈ ਗੱਲ ਨਹੀਂ ਕਰ ਲੂੰਗਾ ਮੈਂ, ਤੂੰ ਵੀ ਆਪਦਾ ਕੰਮ ਕਰ ਲੈ। ਕੰਮ ਧੰਦੇ ਦਾ ਪਤਾ ਕਰ ਲਓ, ਕੰਮ ਧੰਦਾ ਜੇ ਮੈਂ ਕਰੂੰਗਾ ਤਾਂ ਪਤਾ ਕਰੂੰਗਾ, ਨਾਲੇ ਦਾਰੂ ਦੂਰੂ ਕੋਈ ਨਹੀਂ ਪੀਂਦਾ ਮੈਂ, ਤਾਂ ਲੱਤ ਹੀ ਕਿਸੇ ਹੋਰ ਨਸ਼ੇ ਦੀ ਲੱਗੀ ਹੋਈ ਆ। ਹੁਣ ਤੈਨੂੰ ਕੀ ਦੱਸਾਂ, ਤੇਰੇ ਪੈਸੇ ਮੈਂ ਕਿਹੜੇ ਪਾਸੇ ਲੈ ਜਾਂਦਾ? ਕਿੰਨੀ ਸ਼ਾਮ ਹੋ ਗਈ ਆ, ਹਜੇ ਤੱਕ ਨਹੀਂ ਆਏ ਉਹ, ਸਾਰਾ ਦੁਪਹਿਰ ਸਿਰ ਉੱਤੋਂ ਦੀ ਲੰਘ ਗਿਆ, ਪਤਾ ਨਹੀਂ ਕੰਮ ਹੀ ਨਹੀਂ ਮਿਲਿਆ ਹੋਣਾ। ਮੈਨੂੰ ਤਾਂ ਨਾ ਸੋਚ ਸੋਚ ਹੀ ਟੈਨਸ਼ਨ ਹੋਈ ਜਾਂਦੀ ਆ ਵੀ ਬਣੂਗਾ ਕੀ, ਮੈਂ ਵੀ ਐਵੇਂ ਹੀ ਇਹਦੇ ਮਗਰ ਲੱਗ ਕੇ ਘਰੋਂ ਭੱਜੇ ਆਈ ਹਾਂ। ਯਾਰ ਕੋਈ ਗੱਲ ਨਹੀਂ, ਆਪ ਹੀ ਪੱਕ ਜਾਂਦਾ ਮੈਂ। ਸੰਗਤ ਆ ਕੀ ਹਾਲਤ ਬਣਾਈ ਹੈ ਤੁਸੀਂ ਆਪਦੀ? ਭਰਜਾਈ ਕੁਝ ਨਹੀਂ, ਬਸ ਪਾਰਟੀ ਚੱਲੀ ਜਾਂਦੀ ਸੀ, ਥੋੜੀ ਜਿਹੀ ਵਾਧ ਘਾਟ ਹੋ ਗਈ, 2000 ਰੁਪਏ ਕੁ ਵੱਧ ਲਾ ਗਿਆ, ਕੋਈ ਗੱਲ ਨਹੀਂ, ਬਸ ਸੈੱਟ ਹੀ ਹੈ ਵੈਸੇ। ਉਹ ਪਹਿਲਾਂ ਲੰਮੇ ਵਾਹ ਵਾਹ, ਕੋਈ ਨਹੀਂ ਬੈਠਾ ਐ ਨਹੀਂ ਦੋ ਪੈ ਜਾ ਸੈੱਟ ਹੋ ਜਾਏਗਾ। ਉਹ ਭਰਜਾਈ ਉਹ ਬਸ ਪਾਰਟੀ ਚੱਲੀ ਜਾਂਦੀ ਸੀ, ਬੈਠੇ ਹਾਂ, 2 ਰੁਪਏ ਕੁ ਵੱਧ ਲਾ ਗਿਆ, ਹੋ ਜਾਊਗਾ ਸੈੱਟ, ਕੋਈ ਗੱਲ ਨਹੀਂ, ਜੈ ਨੂੰ ਨਾ ਨਿੰਬੂ ਪਾਣੀ ਲਿਆ ਕੇ ਦਿਓ, ਚਲੋ ਪੈ ਜਾ ਲੰਮੇ 10 ਮਿੰਟ ਤੁਮੀ। ਓ ਕੋਈ ਗੱਲ ਨਹੀਂ, ਐਡਾ ਹੀ ਮੈਂ ਆਊਟ ਨਹੀਂ ਹੋਇਆ, ਜਾ ਤੂੰ ਵੀ ਘਰੇ ਵਾ ਜਾ, ਤੂੰ ਨਾ ਜਾਂਦਾ ਜਾਂਦਾ ਰਾਹ 'ਚ ਡਿੱਗ ਪਈ ਕਿਤੇ। ਚੰਗਾ ਭਰਜਾਈ ਪਿਆਰੀ, ਇਹਨੂੰ ਪਾਣੀ ਪੂਣੀ ਪੀਤੇ ਆ ਪਾਣੀ। ਤੁਹਾਨੂੰ ਮੈਂ ਕੰਮ ਵਾਸਤੇ ਭੇਜਿਆ ਸੀ, ਐਂ ਥੋੜੀ ਭੇਜਿਆ ਸੀ ਵੀ ਨਸ਼ੇ ਨਾਲ ਡੱਕ ਕੇ ਤੁਸੀਂ ਘਰੇ ਆ ਜਿਓ। ਮੇਰਾ ਕੱਲੇ ਦਾ ਠੇਕਾ ਲੈ ਕੰਮ ਵਾਸਤੇ, ਤੂੰ ਨਹੀਂ ਕਰ ਸਕਦੀ ਕੰਮ, ਓਨੀ ਰੋਟੀਆਂ ਤੂੰ ਖਾਣੇ ਜਿੰਨੀ ਮੈਂ ਖਾਣਾ। ਸੰਗਤ ਅੱਜ ਰੋਟੀਆਂ ਦੀ ਗੱਲ ਵੀ ਆ ਗਈ, ਤੁਸੀਂ ਮੈਨੂੰ ਹੁਣ ਐਵੇਂ ਵੀ ਸੁਣਾਉਣ ਲੱਗ ਪਏ, ਤੁਹਾਡੇ ਕਰਕੇ ਭੱਜੀ ਸੀ ਮੈਂ ਘਰੋਂ। ਆਹੋ ਭੱਜ ਕੇ ਬੜਾ ਤੂੰ ਬਾਲੇ ਪੈਸੇ ਲੈ ਕੇ ਆਈਆਂ, ਮਸਾਂ ਮਹੀਨਾ ਗੁਜ਼ਾਰਾ ਹੋਇਆ ਉਹਨਾਂ ਨਾਲ। ਅੱਛਾ ਮਤਲਬ ਤੁਸੀਂ ਮੈਨੂੰ ਨਹੀਂ ਮੇਰੇ ਪੈਸਿਆਂ ਨੂੰ ਪਿਆਰ ਕਰਦੇ ਸੀ? ਤੇਰੀ ਐਡੀ ਹਿੰਮਤ, ਤੂੰ ਐ ਹੱਥ ਕਿਵੇਂ ਪਾਇਆ ਮੈਨੂੰ? ਨਾਲੇ ਮੇਰੀ ਗੱਲ ਸੁਣ ਲਾ, ਤੜਕੇ ਕੰਮ ਤੇ ਵਗ ਜੀ ਤੂੰ, ਸਮਝ ਲੱਗ ਗਈ? ਮੈਂ ਕੰਮ ਤੇ ਜਾਊਂਗੀ ਸੰਗਤ, ਮੈਂ ਕੀ ਕੰਮ ਕਰੂੰਗੀ, ਕਿੱਥੇ ਜਾਊਂਗੀ, ਮੈਂ ਕਿਸੇ ਨੂੰ ਜਾਣ ਨਹੀਂ ਪਹਿਚਾਣ ਨਹੀਂ। ਕਰ ਜਾਣ ਪਛਾਣ ਕਰ, ਪਰ ਸਵੇਰੇ ਕੰਮ ਤੇ ਵਗ ਜੀ, ਮੈਨੂੰ ਪੈਸਿਆਂ ਦੀ ਲੋੜ ਰਹਿੰਦੀ ਆ, ਠੀਕ ਆ ਨਾ? ਹੋਰ ਨਹੀਂ ਮੈਂ ਸੁਣਨਾ ਤੇਰੇ ਤੋਂ ਕੁਛ। ਪਤਾ ਨਹੀਂ ਮੇਰੀ ਅਕਲ ਤੇ ਕੀ ਪਰਦਾ ਪੈ ਗਿਆ ਸੀ ਵੀ ਮੈਂ ਇਹਨਾਂ ਦੀ ਅਸਲੀਅਤ ਤਾਂ ਪਹਿਚਾਣ ਹੀ ਨਹੀਂ ਸਕੀ, ਹੁਣ ਚੱਕ ਕੇ ਮੂੰਹ ਇਹਦੇ ਮਗਰ ਲੱਗ ਕੇ ਭੱਜ ਆਈ ਆ। ਆਪਦੇ ਪਿਓ ਦੇ ਘਰੇ ਰਹਿੰਦੀ ਸੀ, ਕਮ ਸੇ ਕਮ ਐਸ਼ ਤਾਂ ਕਰਦੀ ਸੀ, ਆਹ ਦਿਨ ਤਾਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਵੇਖੇ, ਜਿਉਂ ਜਿਉਂ ਹੁਣ ਮੈਂ ਕੱਟਣ ਲਈ ਮਜਬੂਰ ਹਾਂ। ਚੱਲ ਐਵੇਂ ਗੱਲਾਂ ਜੇ ਨਾ ਮਾਰੀ ਜਾ, ਸੁਣਦਾ ਨਹੀਂ ਹੁਣ ਤੈਨੂੰ, ਰੋਟੀ ਬਣਾ ਦੇ। ਮੈਨੂੰ ਨਹੀਂ ਲੱਗਦਾ।
ਮੇਰੀ ਸਾਰੀ ਜ਼ਿੰਦਗੀ ਮੈਂ ਸੰਗਤ ਨਾਲ ਕੱਢ ਸਕਦੀ ਹਾਂ। ਮੈਂ ਇੱਕ ਵਾਰੀ ਡੈਡੀ ਨੂੰ ਫੋਨ ਲਾ ਕੇ ਦੱਸ ਦਿੰਦੀ ਹਾਂ ਸਾਰੀ ਗੱਲ, ਕਿਤੇ ਨਾ ਕਿਤੇ ਤਾਂ ਉਹ ਮੇਰੀ ਗੱਲ ਸੁਣਨਗੇ ਨਾ। ਹੈਲੋ ਹੈਲੋ ਡੈਡੀ, ਮਨਪ੍ਰੀਤ ਤੂੰ, ਤੇਰੀ ਹਿੰਮਤ ਕਿਉਂ ਹੋਈ ਮੇਰੇ ਫੋਨ ਲਾਉਣ ਦੀ? ਡੈਡੀ ਜਿਹੜੇ ਮੁੰਡੇ ਨਾਲ ਮੈਂ ਬੱਚੀ ਸੀ ਨਾ, ਡੈਡੀ ਇਹ ਤਾਂ ਬਹੁਤ ਨਸ਼ੇ ਕਰਦਾ। ਚੰਗਾ ਹੋਇਆ ਤੇਰੇ ਨਾਲ ਇਹ ਬੰਨੀ ਚਾਹੀਦੀ, ਤੂੰ ਮੇਰੇ ਬਾਰੇ ਸੋਚਿਆ ਚਾਹੋ ਵੀ ਪਿੰਡ 'ਚ ਮੇਰੀ ਬਦਨਾਮੀ ਕਰਾ ਕੇ ਤੂੰ ਕਰਦੇ ਲੋਕ ਮੈਨੂੰ। ਡੈਡੀ ਮੈਨੂੰ ਆਪਦੀ ਗਲਤੀ ਤੇ ਬਹੁਤ ਪਛਤਾਵਾ, ਪਲੀਜ਼ ਮੈਨੂੰ ਇੱਕ ਵਾਰੀ ਮਾਫ ਕਰ ਦਿਓ। ਮਾਫੀ ਦੀ ਗੱਲ ਕਰਦੀ ਤੂੰ? ਜੇ ਤੂੰ ਮੇਰੇ ਇੱਕ ਵਾਰ ਮੂਹਰੇ ਵੀ ਆ ਗਈ ਨਾ ਗੱਲ ਘੋੜ ਕੇ ਮਾਰ ਤੈਨੂੰ ਮੈਂ। ਡੈਡੀ ਮੈਂ ਘਰੇ ਆਉਣਾ। ਕਿਹੜਾ ਮੂੰਹ ਲੈ ਕੇ ਆਈ ਘਰੇ ਤੂੰ? ਕਿਹੜਾ ਮੂੰਹ ਲੈ ਕੇ ਪਿੰਡ ਵੜ ਜਾਏਗੀ ਨਾਲ ਤੋਂ? ਸਾਰੇ ਪਿੰਡ ਨੂੰ ਪਤਾ ਲੱਗ ਗਿਆ ਤੂੰ ਕਿਸੇ ਮੁੰਡੇ ਦਾ ਭੱਜ ਗਈ। ਡੈਡੀ ਤੁਸੀਂ ਐਵੇਂ ਕਿਉਂ ਬੋਲੀ ਜਾਂਦੇ ਹੋ? ਮੈਂ ਫੇਰ ਵੀ ਤੁਹਾਡੀ ਧੀ। ਅੱਗੇ ਤੋਂ ਮੈਨੂੰ ਫੋਨ ਲਾ ਦੇ ਲੋ, ਕੋਸ਼ਿਸ਼ ਨਾ ਕਰੀ ਜਾਓ ਵੀ। ਸੁਣ ਰਹੀ ਆ? ਡੈਡੀ ਮੈਂ ਕਿੱਥੇ ਜਾਊਂਗੀ? ਮੇਰੇ ਭਾਵੇਂ ਜਿੱਥੇ ਮਰਜ਼ੀ ਮਰ ਖਾ, ਪਰ ਮੈਨੂੰ ਫੋਨ ਨਾਲ ਵਾਲੀ ਨਾ ਹੀ ਮੇਰੇ ਪਿੰਡ ਆ ਕੇ ਘਰੇ ਵੜ ਜੀ ਆ ਕੇ ਤੂੰ। ਡੈਡੀ ਮੇਰੀ ਗੱਲ ਤਾਂ ਸੁਣੋ। ਬਸ ਮੈਂ ਕੋਈ ਗੱਲ ਨਹੀਂ ਸੁਣੇਗੀ, ਅੱਜ ਤੋਂ ਬਾਅਦ ਦੁਬਾਰਾ ਮੈਨੂੰ ਫੋਨ ਨਾਲ ਵਾਲੀ। ਜਿਵੇਂ ਵੀ ਮਨਪ੍ਰੀਤ ਤੂੰ ਆਪਦੀ ਗਲਤੀ ਕੀਤੀ ਹੈ ਨਾ, ਤੈਨੂੰ ਆਪਦੀ ਗਲਤੀ ਆਪ ਹੀ ਸੁਧਾਰਨੀ ਪੈਣੀ ਆ। ਇਹ ਤਾਂ ਕਿਸੇ ਕੰਮ ਦਾ ਨਹੀਂ ਹੈਗਾ, ਪਰ ਮੈਨੂੰ ਤਾਂ ਕੰਮ ਕਰਨਾ ਹੀ ਪੈਣਾ। ਹੁਣ ਤਾਂ ਡੈਡੀ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ। ਮਾਂ ਪਿਤਾ ਕਿੱਥੋਂ ਆਈਆਂ? ਮੈਂ ਤਾਂ ਕੰਮ ਤੋਂ ਆਈ ਆ। ਪੈਸੇ ਦਿੱਤੇ ਉਹਨਾਂ ਨੇ ਕੁਛ? ਹਾਂ, ਕਿੰਨੇ ਪੈਸੇ? ਸੰਗਤ ਇਹ ਸਿਰਫ 300 ਰੁਪਇਆ ਮਿਲਿਆ। 300 ਰੁਪਏ? 300 ਰੁਪਏ ਦਾ ਕੀ ਹੋਊਗਾ? ਕਿੰਨੇ ਪੈਸੇ 'ਚ ਗੱਲ ਹੋਈ ਤੇਰੀ? ਮੇਰੀ ਸਿਰਫ 1000 ਰੁਪਏ 'ਚ ਗੱਲ ਹੋਈ ਆ ਸੰਗਤ, ਬਾਕੀ ਪੈਸੇ ਮੈਨੂੰ ਮਹੀਨੇ ਬਾਅਦ ਮਿਲਣੇ। ਤੂੰ ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਚੱਲ। ਮੈਂ ਨਹੀਂ ਜਾਣਾ ਕਿਤੇ ਵੀ। ਚੱਲ ਮੇਰੇ ਨਾਲ, ਤੂੰ ਛੱਡ ਮੈਨੂੰ। ਚੱਲ ਤੈਨੂੰ ਕਹਿਣਾ ਮੈਂ। ਮਨਪ੍ਰੀਤ ਰੁਕ ਜਾ, ਤੈਨੂੰ ਮੈਂ ਕਿਹਾ ਤਾਂ ਕੋਰੀ। ਮਨਪ੍ਰੀਤ 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 ਦੇਖ ਮੇਰੀ ਗੱਲ, ਦੇਖ ਮੇਰੀ ਗੱਲ, ਦੋ ਦਿਨ ਦੀ ਗੱਲ ਆ ਮੇਰੀ ਗੱਲ, ਮੇਰੀ ਗੱਲ, ਮੇਰੀ ਗੱਲ ਤਾਂ ਸੁਣ। ਦੋ ਮਿੰਟਾਂ ਦੀ ਗੱਲ ਆ। ਓਏ ਸੰਗਤ, ਹੁਣ ਖਾ ਗਈ ਪਤਲਾ। ਬਸ ਦੀਦੀ, ਜਦੋਂ ਉਹਨੂੰ ਨਸ਼ੇ ਲਈ ਪੈਸੇ ਮਿਲਣੇ ਬੰਦ ਹੋ ਗਏ ਤਾਂ ਜਿੱਥੋਂ ਵੀ ਉਹ ਨਸ਼ਾ ਖਰੀਦਦਾ ਸੀ ਉਸ ਬੰਦੇ ਕੋਲ ਮੈਨੂੰ ਹੀ ਵੇਚਣ ਲਈ ਲੈ ਗਿਆ। ਹੁਣ ਵੀ ਦੀਦੀ ਮੈਂ ਬਹੁਤ ਮੁਸ਼ਕਿਲ ਨਾਲ ਬਚ ਕੇ ਆਈ ਸੀ ਉਹਨਾਂ ਕੋਲੋਂ। ਇਹ ਤਾਂ ਸ਼ੁਕਰ ਆ ਸਰ ਦਾ ਜਿਹੜਾ ਮੈਨੂੰ ਇਹ ਰਸਤੇ 'ਚ ਮਿਲ ਗਏ, ਉਹ ਇਹਨਾਂ ਤੋਂ ਡਰ ਕੇ ਭੱਜ ਗਏ। ਮਨਪ੍ਰੀਤ, ਮੈਂ ਤੈਨੂੰ ਕਾਲਜ ਟਾਈਮ ਤੋਂ ਹੀ ਸਮਝਾਉਂਦੀ ਸੀ ਸੰਗਤ ਸਹੀ ਮੁੰਡਾ ਨਹੀਂ ਹੈ, ਪਰ ਉਹ ਇੰਨਾ ਗਿਰ ਜਾਏਗਾ ਇਹ ਮੈਂ ਕਦੇ ਨਹੀਂ ਸੀ ਸੋਚਿਆ। ਪਰ ਤੂੰ ਹੁਣ ਫਿਕਰ ਨਾ ਕਰ, ਅਸੀਂ ਉਹਨੂੰ ਉਹਦੇ ਕੀਤੇ ਦੀ ਸਜ਼ਾ ਜ਼ਰੂਰ ਦੇਵਾਂਗੇ। ਹੈਪੀ, ਗੱਡੀ ਕੱਢੋ, ਨਾਲੇ ਲੋਕੇਸ਼ਨ ਜ਼ਰੂਰ ਟਰੇਸ ਕਰ ਲਿਓ। ਹਾਂਜੀ ਮੈਮ, ਤੂੰ ਬੇਫਿਕਰ ਰਹਿ। ਹਾਂਜੀ ਹਾਂਜੀ ਸਰ, ਥੈਂਕ ਯੂ ਸੋ ਮਚ। ਠੀਕ ਹੈ ਜੀ, ਥੈਂਕ ਯੂ। ਤੂੰ ਰੋ ਨਾ,
ਮੈਮ ਉਹਨਾਂ ਦੀ ਲੋਕੇਸ਼ਨ ਟਰੈਕ ਹੋ ਗਈ, ਉਹ ਮੁੰਡਾ ਆਪਦੇ ਘਰ ਹੀ ਆ। ਆਹ ਚੱਲੀਏ ਆਪਾਂ ਜਲਦੀ। ਚਲੋ ਮਨਪ੍ਰੀਤ ਚੱਲੀ। ਕੋਈ ਗੱਲ ਨਹੀਂ ਮਨਪ੍ਰੀਤ, ਜਿਹੜੇ ਤੁਹਾਡੇ ਮੁਜਰਿਮ ਨੇ ਨਾ ਉਹਨਾਂ ਨੂੰ ਤਾਂ ਫੜ ਕੇ ਹੀ ਰੱਖਾਂਗੇ ਅੱਜ। ਹੈਪੀ, ਆਪਾਂ ਅੱਜ ਉੱਧਰ ਜਾਣਾ ਅਤੇ ਉਹਨਾਂ ਨੂੰ ਸਜ਼ਾ ਦਵਾ ਕੇ ਛੱਡਣੀ ਹੈ। ਚਲੋ ਮਨਪ੍ਰੀਤ ਬੈਠੋ। ਕੀ ਹੋਇਆ ਦੀਦੀ? ਆਹ ਸਾਈਕਲ ਤੁਸੀਂ ਹਜੇ ਤੱਕ ਰੱਖਿਆ ਹੋਇਆ ਜਿਹਦੇ ਕਰਕੇ ਮੈਂ ਤੁਹਾਡੀ ਔਕਾਤ ਪਰਖਦੀ ਸੀ। ਹਾਂ ਮਨਪ੍ਰੀਤ, ਇਹ ਉਹੀ ਸਾਈਕਲ ਹੈ। ਤੈਨੂੰ ਪਤਾ ਇਹ ਸਾਈਕਲ ਨੇ ਮੇਰਾ ਕਿੰਨਾ ਸਾਥ ਦਿੱਤਾ। ਮੈਂ ਪ੍ਰੈਕਟਿਸ ਕਰਨ ਜਾਂਦੀ ਸੀ, ਗਰਾਊਂਡ 'ਚ ਜਾਂਦੀ ਸੀ, ਸਕੂਲ, ਕਾਲਜ। ਅੱਜ ਪਰਮਾਤਮਾ ਵੱਲੋਂ ਮੇਰੇ ਕੋਲ ਕਿੰਨੀਆਂ ਸਾਰੀਆਂ ਗੱਡੀਆਂ ਨੇ, ਪਰ ਫਿਰ ਵੀ ਮੈਂ ਇਸ ਸਾਈਕਲ ਨੂੰ ਨਹੀਂ ਛੱਡਿਆ। ਨਾਲੇ ਤੂੰ ਮੈਨੂੰ ਕੀ ਦੀਦੀ ਕਹੀ ਜਾਂਦੀ ਹੈ, ਮੈਂ ਤੇਰੇ ਲਈ ਅੱਜ ਵੀ ਜੱਸੀ ਹਾਂ। ਚੱਲ ਬੈਠ, ਚੱਲਦੇ ਹਾਂ। ਮਨਪ੍ਰੀਤ ਜੇ ਨਾ ਭੱਜਦੀ ਨਾ ਸਾਰੇ ਕਾਸੇ ਦੀ ਸੈਟਿੰਗ ਆ ਜਾਂਦੀ। ਇੱਕ ਤਾਂ ਸਰ ਤੁਸੀਂ ਇੱਥੇ ਕਿਵੇਂ? ਕੋਈ ਨਾ ਪੁੱਤ, ਦੱਸਦਿਆਂ ਤੈਨੂੰ। ਪਰ ਸਰ ਮੇਰੀ ਗਲਤੀ ਕੀ ਆ? ਗਲਤੀ ਤਾਂ ਦੱਸੋ, ਨਾਲੇ ਐਂ ਤੁਸੀਂ ਬਿਨਾਂ ਪੁੱਛੇ ਮੇਰੇ ਘਰ ਕਿਵੇਂ ਪੜ ਸਕਦੇ ਹੋ? ਮਨਪ੍ਰੀਤ ਤੂੰ ਬਹੁਤ ਹੋ ਗਈ ਤੇਰੀ ਅਯਾਸ਼ੀ, ਬਹੁਤ ਤੋਂ ਐਸ਼ ਕਰ ਲਈ, ਹੁਣ ਚੱਲ ਜੇਲ੍ਹ 'ਚ। ਜੱਸੀ ਤੂੰ ਇੱਥੇ ਕਿਵੇਂ? ਮੈਂ ਸਮੇਂ ਦਾ ਫੇਰ ਦੇਖ। ਤੂੰ ਮੇਰੇ 'ਤੇ ਹੱਸਦਾ ਸੀ, ਮੇਰਾ ਮਜ਼ਾਕ ਉਡਾਉਂਦਾ ਸੀ ਕਿ ਮੈਂ ਪੜ੍ਹਦੀ ਹਾਂ, ਗਰੀਬ ਲੋਕ ਕਦੇ ਅੱਗੇ ਨਹੀਂ ਵੱਧ ਸਕਦੇ, ਅਤੇ ਅੱਜ ਦੇਖ ਮੈਂ ਕਿੱਥੇ ਪਹੁੰਚ ਗਈ। ਮੇਰਾ ਉਹ ਮਤਲਬ ਨਹੀਂ ਜੱਸੀ, ਜੋ ਵੀ ਮਤਲਬ ਸੀ ਨਾ ਥਾਣੇ ਚੱਲ ਕੇ ਦੱਸੀ। ਹੈਪੀ ਚਲੋ। ਨਹੀਂ ਸਰ, ਇੱਕ ਮਿੰਟ ਰੁਕ ਜਾਓ। ਹਾਂਜੀ ਸਰ, ਇੱਕ ਮਿੰਟ। ਦੀਦੀ ਮੈਨੂੰ ਗੱਲ ਕਰ ਲੈਣ ਦਿਓ। ਸੰਗਤ ਕੀ ਵਿਗਾੜਿਆ ਸੀ ਮੈਂ ਤੇਰਾ? ਮੈਨੂੰ ਮਾਫ ਕਰ। ਕਿਉਂ ਤੂੰ ਮੇਰੀ ਜ਼ਿੰਦਗੀ ਬਰਬਾਦ ਕੀਤੀ? ਨਾ ਮੈਂ ਤੇਰੇ ਪਿੱਛੇ ਕਰਦੀ ਰਹੀ ਨਾ ਬਾਹਰ ਦੀ। ਮਨਪ੍ਰੀਤ ਆਪਦੇ ਪਿਓ ਦੀ ਸਾਰੀ ਇੱਜ਼ਤ ਰੋਲ ਕੇ ਤੇਰੇ ਨਾਲ ਭੱਜਈ ਸੀ, ਇਹ ਕਸੂਰ ਸੀ ਮੇਰਾ ਵੀ ਮੈਂ ਤੈਨੂੰ ਪਿਆਰ ਕੀਤਾ ਸੀਗਾ। ਮਨਪ੍ਰੀਤ ਇਹ ਹੁਣ ਮੈਂ ਕਾਨੂੰਨ ਦਾ ਮੁਜਰਮ ਹੈ, ਤੂੰ ਪਲੀਜ਼ ਆਪਣੇ ਹੱਥ ਨਾ ਲੈ। ਸੰਗਤ ਹੈਪੀ ਲੈ ਚਲੋ ਇਹਨੂੰ। ਚਲੋ ਤੂੰ ਰੋ ਨਾ, ਜੇ ਤੇਰਾ ਸਾਥ ਦੇਣ ਵਾਲਾ ਹੁੰਦਾ ਨਾ ਤਾਂ ਕਦੇ ਤੇਰੀ ਜ਼ਿੰਦਗੀ ਦਾ ਇਹ ਹੱਲ ਨਾ ਕਰਦਾ। ਨਾਲੇ ਜ਼ਿੰਦਗੀ ਪਰ ਜੋ ਸਾਥ ਦਿੰਦੇ ਆ ਨਾ ਉਹ ਰਿਸ਼ਤੇ ਹੋਰ ਹੀ ਹੁੰਦੇ ਆ। ਤੂੰ ਫਿਕਰ ਨਾ ਕਰ, ਮੈਂ ਕਿਸੇ ਨੂੰ ਬੁਲਾਇਆ ਜੋ ਜ਼ਿੰਦਗੀ ਪਰ ਤੇਰਾ ਸਾਥ ਦਊ। ਅੰਕਲ ਜੀ ਡੈਡੀ ਮੈਨੂੰ ਮਾਫ ਕਰ ਦੋ ਡੈਡੀ, ਬਹੁਤ ਵੱਡੀ ਗਲਤੀ ਹੋ ਗਈ ਸੀ ਮੇਰੇ ਤੋਂ। ਮਨਪ੍ਰੀਤ ਤੂੰ ਗਲਤੀ ਇਹੋ ਜਿਹੀ ਕੀਤੀ ਆ ਜੋ ਮਾਫ਼ੀ ਦੇ ਕਾਬਲ ਨਹੀਂ ਹੈਗੀ। ਤੂੰ ਤਾਂ ਪਿੰਡ 'ਚ ਮੇਰੀ ਥੂ ਥੂ ਕਰਾਰ ਰੱਖੀ ਆ, ਇਹੋ ਜਿਹਾ ਕੁਛ ਕੀਤਾ ਨਾਲ ਇਹਨੂੰ ਦੇਖ ਜੱਸੀ ਨੂੰ, ਪੜ੍ਹ ਲਿਖ ਕੇ ਕੀ ਬਣੀ ਅੱਜ। ਚਲੋ ਅੰਕਲ ਜੀ ਛੱਡੋ ਗੁੱਸਾ, ਗਲਤੀਆਂ ਵੀ ਤਾਂ ਇਨਸਾਨ ਤੋਂ ਹੀ ਹੁੰਦੀਆਂ ਨੇ, ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਨਾ ਮਨਪ੍ਰੀਤ। ਦੀਦੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ। ਨਹੀਂ ਕੋਈ ਗੱਲ ਨਹੀਂ, ਆਪਣੀ ਯਾਰੀ ਤਾਂ ਹਮੇਸ਼ਾ ਹੀ ਰਹੂਗੀ, ਤੂੰ ਮਾਫ਼ੀ ਉਹਨਾਂ ਤੋਂ ਮੰਗ। ਸ਼ਾਇਦ ਮੇਰੀਆਂ ਕੀਤੀਆਂ ਟੀਚਰਾਂ ਹੀ ਮੈਨੂੰ ਇੱਥੋਂ ਤੱਕ ਲੈ ਕੇ ਆਈਆਂ। ਹਾਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਮੇਰੇ ਡੈਡੀ ਨਾਲ ਮਿਲਾਇਆ। ਚਲੋ ਚੱਲੀ।